रोला मसला कितनी मेरी आख्या दूर रही कर मेरे उत्ते चढ़दी आंदी जिस टाइम कारम ना तेरी दी सारा क्या हाल मेरे पुत्र रोटी खाती पी थी और कोई मसला तो नहीं नहीं मेरी रानी दी मैं जेड़े तेरे कपड़े लाया के हैं तेन पसंद आए ना मैं आप तेरे पियो जाके ना बाजार च एक एक दुकान तो फिर के शिकरी दोपहरी मैं अपनी धी वास्ते ओ रंग लाए के हैं जेड़ा मेरी धी नु बड़ा जचदा है पसंद काला रंग आ जा बुजी बो काला रंग मेरी धी नु कितना सोहना लगदा तेरे अब्बा नु भी पसंद है ओ दिलावर खान इनकी आंखें रोंदी रोंदी उधर बंदी पिजाई एडी सारी आई तेन समझावन लगा की आख्या गुंगी है डोरी समय नहीं जिस समय भाज के गाल लगती है भाज के दूर रहा करे मेरे दसो तो सही दिलावर खान मसला की क्यों उस निमानी रार वाले झिड़की रख दिया की मसला सारिया मालियां दी आता ओनू ही आख 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 एक गाल नाई मंदी जेड़ी नितेल दी आई ओ कजा कदी नाई करें दी इस ये उसे दी दी है मैं जिस समय मैंने वेना मैंने आग लग जाती दूर रहा करे मेरे दिलावर खान ओदी मां गलत आई ना मां दे तां उस बच्ची ते ना देओ ना तुसी ते होर कहंदे हो पुत्तर होवे ना ते ओदी गल होर हुंदी ते दिया नहीं उस ताने नहीं देवी दंदे ओ भाई हुन जवान है समझदार है मेरे तो दूर रही करे कौन की पता है मेरी मां गलत है या नहीं ओदे च एदा ते गुनाह कोई नहीं ना मेरा गुनाह ओ गुनाह ओदी मां दा है इस मासूम दा नहीं गुनाह बाला लू मेरे तो दूर रखिया कर मैं बमदी नहीं है दिलावर खान ਤੁਸੀਂ ਬੜਾ ਗਲਤ ਕਰਦੇ ਪਿਓ ਤੇ ਦੀਆਂ ਨਾਲ ਕਦੀ ਕਿਸੇ ਇੰਜ ਨਹੀਂ ਕੀਤਾ ਜਿਵੇਂ ਤੁਸੀਂ ਰਵਈਆ ਇਹਦੇ ਨਾਲ ਰੱਖਦੇ ਪਿਓ ਨਾ ਇਹ ਵੀ ਸਾਡੀ ਧੀ ਹੈ ਇਹਦੇ ਨਾਲ ਇਹ ਰਵਈਆ ਤੁਹਾਡਾ ਬਿਲਕੁਲ ਵੀ ਅੱਛਾ ਨਹੀਂ ਇਹ ਮੈਂ ਤੁਹਾਨੂੰ ਦੱਸ ਛੱਡਾਂ ਤੂੰ ਵਕੀਲ ਬਣਨ ਦੀ ਕੋਸ਼ਿਸ਼ ਨਾ ਕਰ ਮੈਂ ਜੋ ਆਖ ਰਿਹਾ ਉਸੇ ਸਿਰ ਨਹੀਂ ਵਾਦ ਦੀਆਂ ਦੇ ਮਾਮਲੇ 'ਚ ਕੋਈ ਦੁਸ਼ਮਣ ਵੀ ਬੋਲ ਪਾਉਂਦਾ ਹੈ ਮੈਂ ਤੇ ਵੱਧ ਮਾਂ ਇਸ ਘਰ ਦੀਆਂ ਤੇ ਕਰ ਰਿਹਾ ਨਾ ਪਿਆਰ ਦੀਆਂ ਨੂੰ ਇਹ ਕਰਿੰਦਾ ਨਹੀਂ ਬੈਠਾ ਤੁਹਾਨੂੰ ਜ਼ਰਾ ਵੀ ਤਰਸ ਨਹੀਂ ਆਉਂਦਾ ਨਹੀਂ ਆਉਂਦਾ ਮੈਂ ਤਰਸ ਇਸ ਇਹਦੀ ਮਾਂ ਨੂੰ ਮੇਰੇ ਤੇ ਤਰਸ ਆਇਆ ਹੈ ਖੁਦਾ ਦਾ ਖੌਫ ਕਰੋ ਉਹਦੀ ਮਾਂ ਗਲਤ ਹੈ ਤਾਂ ਉਹਦੀ ਸਜ਼ਾ ਇਸ ਨੂੰ ਦੇਣੀ ਹੈ ਇਹ ਕਿਹੜੇ ਜ਼ਮਾਨੇ ਵਿੱਚ ਲਿਖਿਆ ਗਿਆ ਕਿਹੜੀ ਕਿਤਾਬ ਵਿੱਚ ਲਿਖਿਆ ਗਿਆ ਕਿ ਮਾਂ ਪਿਓ ਗਲਤ ਹੋਵੇ ਤਾਂ ਔਲਾਦ ਨੂੰ ਸਜ਼ਾ ਦੇਵੋ ਤੂੰ ਮੁੜ ਇੰਜ ਕਰ ਨਾ ਮੇਰੇ ਤੇ ਪਰਚਾ ਕਰਾ ਜਾ ਮੈਨੂੰ ਫਾਇਲ ਲਵਾ ਜਾ ਮੈਨੂੰ ਸਜ਼ਾ ਦੇ ਤੂੰ ਭੈਣ ਹੈ ਮੇਰੀ ਅਗਰ ਤੂੰ ਪੁਰਾਣੀ ਦੀ ਅਮਲੀ ਹੈ ਤੇ ਨਹੀਂ ਬੇ ਪੁਰਾਣੀ ਘਰ ਅੱਗ ਚਾ ਮਣਾਈ ਹੈ ਤੇ ਤੂੰ ਸਹਿਣ ਬਣ ਕੇ ਬਹਿ ਜਾਣੀ ਤੁਹਾਨੂੰ ਪਰਨਾਇਆ ਆਪਣਾ ਘਰ ਬਾਰ ਵੇਖੋ ਸੋਚੋ ਵਸਾਓ ਤੇ ਇੰਜ ਕਰਨੀ ਤਾਂ ਨਿਕਲ ਜਾ ਇਥੋਂ ਦਿਲਾਵਰ ਖਾਨ ਜਿਹੜੀਆਂ ਬਹਿਣਾ ਹੁੰਦੀਆਂ ਕੀ ਖਿਆਲ ਹੈ ਉਹ ਉਹਨਾਂ ਦਾ ਹੱਕ ਹੀ ਕੋਈ ਨਹੀਂ ਹੁੰਦਾ ਘਰ ਦੇ ਵਿੱਚ ਜਿਸ ਤੇ ਸ਼ਾਦੀ ਹੋ ਜਾਵੇ ਪਰਾਈਆਂ ਹੋਵੇਂਗੀਆਂ ਤੁਹਾਨੂੰ ਹਰ ਹੱਕ ਦਿੱਤਾ ਹੈ ਪਰਾਈਆਂ ਨਾ ਪਰਾਈਆਂ ਦੀ ਗੱਲ ਨਹੀਂ ਹੈ ਤੁਸੀਂ ਆਪਣੇ ਘਰਾਂ ਦਾ ਸੋਚੋ ਉੱਥੇ ਆਪਣਾ ਨਿਜ਼ਾਮ ਚਲਾਓ ਦੀਆਂ ਦੇ ਤਾਲੁਕ ਖਤਮ ਹੋ ਗਏ ਨੰਨ ਮਾਪਿਓ ਦੇ ਘਰ ਨਾਲੋਂ ਮੈਂ ਕੋਈ ਪਾਗਲ ਆ ਮੈਨੂੰ ਨਹੀਂ ਪਤਾ ਮੇਰੀ ਧੀ ਹੈ ਜਾਂ ਨਹੀਂ ਧੀ ਹੈ ਤੂੰ ਮੇਰੀ ਹੈਡਮਾਸਟਰ ਬਣ ਕੇ ਆ ਗਈ ਜਾ ਜਾ ਕੇ ਆਪਣੇ ਘਰ ਜਾ ਦਿਲਾਵਰ ਖਾਨ ਦੀਆਂ ਤੇ ਅੱਗੇ ਪਰਾਇਆ ਧਨ ਹੁੰਦਾ ਅਸੀਂ ਤਾਂ ਅੱਗੇ ਆਪਣੇ ਘਰਾਂ ਚੋਂ ਨਿਕਲਣ ਹੀ ਨਹੀਂ ਸਾਨੂੰ ਹੁੰਦਾ ਨਾ ਘਰਾਂ ਚੋਂ ਟਾਈਮ ਲੱਗਦੇ ਨੇ ਜੇ ਕਦੇ ਕਿਤੇ ਮਿਲਣ ਆ ਜਾਵੇਦਾ ਤੁਹਾਡੇ ਰੋਲੇ ਤੁਹਾਡੀਆਂ ਪਰੇਸ਼ਾਨੀਆਂ ਤੇ ਤੁਹਾਡਾ ਰਵਈਆ ਵੇਖ ਕੇ ਦਿਲਾਵਰ ਭਾਈ ਮੈਂ ਤੇ ਮਾਯੂਸ ਹੋ ਕੇ ਲੱਗ ਵੈਨੀ ਹਾਂ ਤੇ ਪਰ ਇਹ ਬੱਚੇ ਜੋ ਕੁਝ ਇਹਦੇ ਨਾਲ ਜ਼ੁਲਮ ਕਰਦੇ ਪਏ ਹੋ ਤੁਸੀਂ ਬੜਾ ਗਲਤ ਕਰਦੇ ਪਏ ਹੋ ਮੈਂ ਤੈਨੂੰ ਅੱਗੇ ਵੀ ਆਖਿਆ ਕਿ ਤੂੰ ਇੱਥੇ ਵਿਰਾਹ ਦੇ ਪੇ ਕੇ ਘਰ ਮਿਲਣ ਆਈ ਹੈ ਤਾਂ ਮੈਨੂੰ ਪੜਾ ਵੈਣਾ ਨਿਕਲ ਤੂੰ ਜਾ ਟਾਟਾ ਲਾਇਓ ਇਹ ਟਾ ਮੇਰਾ ਕੰਮ ਪੱਕ ਗਿਆ ਨਿਸ਼ਾ ਮੇਰੀ ਦੀ ਮੈਂ ਤੇ ਚਾਰ ਜਾੜੇ ਮਿਲਣ ਆਈ ਆਸ ਮੇਰੇ ਮੈਨੂੰ ਨਹੀਂ ਪਤਾ ਕਿ ਚਾਰ ਜਾੜਿਆਂ ਤੋਂ ਪਹਿਲਾਂ ਮੈਂ ਮੇਰੇ ਬਰਾਮ ਨੂੰ ਦੇਖੇ ਦੇ ਕੇ ਘਰੋਂ ਘਰ ਚੜਨਾ ਠੀਕ ਹੈ ਮੇਰਾ ਪੁੱਤਰ ਜੋ ਇਸ ਘਰ ਦੇ ਵਿੱਚ ਤੇਰੇ ਤੇ ਜ਼ੁਲਮ ਜ਼ਿਆਦਤੀਆਂ ਹੋਣੀਆਂ ਨਾ ਉਹਨਾਂ ਨੂੰ ਬਰਦਾਸ਼ਤ ਕਰੀ ਅੱਲਾ ਤੇਰਾ ਇਨਸਾਫ ਕਰ ਜੀ ਠੀਕ ਹੈ ਮੇਰੇ ਪੁੱਤਰ ਅੱਲਾ ਦੇ ਸ਼ੁਕਰ ਠੀਕ ਹੈ ਮੇਰਾ ਪੁੱਤਰ ਅੱਲਾ ਦੇ ਸ਼ੁਕਰ ਇੱਥੇ ਹਸਤੀ ਖੇਡਦੀ ਆਏ ਕਰ ਜੇ ਘੰਟਾ ਦੋ ਆਮਲੇ ਨਹੀਂ ਤਾਂ ਨਾ ਆਏ ਕਰ ਤੇਰੀ ਦੀ ਹੋਰ ਸੁਣਾ ਠੀਕ ਆ ਅੱਬੂ ਅੱਬੂ ਨੂੰ ਕੋਈ ਕੋਈ ਲੋਰੀ ਤਾਂ ਸੁਣਾ ਜਾ ਕਿਹੜੀ ਅੱਬੂ ਕੋਈ ਰਲ ਕੇ ਅੱਜ ਆ ਯਾਦ ਹੀ ਕੋਈ ਨਹੀਂ ਦੇਖ ਲਾ ਮੁਰ ਪਿਆ ਅੱਬੂ ਜੀ ਤੁਸੀਂ ਸੁਣਾਓ ਕੋਈ ਮੇਰੀ ਰਾਣੀ ਦੀ ਘਰ ਰਹਿਤੀ ਹੈਰੀ ਰਾਣੀ ਦੀ ਮੇਰੀ ਪਿਆਰੀ ਦੀ ਮੇਰੀ ਲਾਡਲੀ ਦੀ ਮੇਰੀ ਸੋਹਣੀ ਦੀ ਚਾਬੀ ਨੀਂਦਰ ਤਾਂ ਨਹੀਂ ਆ ਗਈ ਲੋਰੀ ਸੁਣ ਕੇ ਨਹੀਂ ਅੱਬੂ ਜੀ ਚਾਬ ਇਹ ਤਾਂ ਮੇਰਾ ਦੀ ਵੀ ਹੈ ਤੇ ਮੇਰਾ ਪੁੱਤਰ ਵੀ ਹੈ ਚਜ਼ਾਦਾ ਮੇਰਾ ਅੱਬੂ ਜੀ ਹਾਂ ਤੁਸੀਂ ਕੋ ਰੋਟੀ ਛੋਟੀ ਖਾਣੀ ਭੁੱਖ ਤਾਂ ਲੱਗੀ ਹੈ ਮੇਰਾ ਪੁੱਤ ਠੀਕ ਹੈ ਮੈਂ ਰਿਮਸ਼ਾ ਨਾਲ ਦੀ ਸਲਾਹ ਹੁੰਦੀ ਹੈ ਰਿਮਸ਼ਾ ਰਿਮਸ਼ਾ ਆ ਰਾ
जा अबू वास्ते रोटी लेके आ। अच्छा ले आनी है ना। इनु केड़ी गल तू रोटी पिया थी? अबू जी मेथों काम नहीं होंदा, ओ लई आंदी है ना रोटी। मैं ओनु देख के बर्दाश्त नहीं करदा, तू मेनू दे तू गप्पल खवाऊं। उठिया आप लेके आ जा। नहीं तो मैं जी लई आंदी है ना रोटी। लई आंदी है ना रोटी। अबू जी तुसी मेनू काम करदे देख सकदे हो? बाला रोटी तू मेनू आप दीती का। मैं लाडली नहीं सुसवाड़ी दी, मोड़ मत तुसी आंदे हो काम करो। बारा मेरे काम तू आप ही कीते कर, पानी रोटी जो भी है ना, मेरे रात नु बिस्तरा भी तू आप जोड़िया कर। अबू जी मेथों काम नहीं होंदे ना। अच्छा काम नहीं होंदे तो नाराज नो, मैं नौकरानी रख के दे सते। ठीक है सही है ना रिमशा? मोड़ू गल रिमशा 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 मैनू चेड़े सलाब तू रिमशा। अबू जी ओ मुड़े से की करना है, काम नहीं करना तो तेरा मकसद नहीं है की करना है की नहीं। दिलावर खान नु पता है की करना की नहीं करना। तो मैं तेरे नाल भी लड़ाई करनी है, मैं तेन दस छड्डा। अबू जी तुसी मेरे नाल लड़ाई नहीं। तू बड़ी जिद करन लग पई है गल गल ते। अबू जी तुसी तो नाराज ही हो गए हो। मैं क्या के नुकरानी ना रखो, रिमशा है ना काट ली सी गई। नाराज ना हो मैं ते की हो, मेरे तो फट्टा ते लून जेड़ा ना छिड़कें दी बैठी। अल्लाह तुसी अबू मैं ले पता कर दी है रोटी दा, तुसी बहु पता कर दी है। एडी जिद्दे लाई एडी जिद्दे लो गई है, प्यो दी गल मुडू मंदी सुन दी भी काज समझ दी भी काज नहीं। ओ क्यों रोंदी पई है भलो वी? की रोना बलिया लोका, तुहान पता थे ना मेरी जड़ी बतरी है ना रिमशा। हाँ बहु औखी है। किवें औखी है? मैं गई हम चार दिहाड़े। अच्छा मलंगी जड़ा हाल मैं ओदा वेख के आई है ना, लंगी मैं वेख के ना बर्दाश्त नहीं मुकर सकती। तो भिरा तेरा है उन समझा भाई छोर नाल क्यों लड़दा? ओ तन पता थे हम लंगी बड़ा सख्त मिजाज दा है, ओ कहने गाल ही कोई नहीं सुनदा। तो उन मैं दा तो मैं की कर सकदा? लंगी कर सकदे आ क्यों ना कर सकदे कुछ? दस भलो भी मैं दस तो सही का गाल तो दस। मैं तेरे नाल गाल करा दो कर ला। तू मने से सही? मैं तू मेरा जिंदगी का साथी है, मैं तेरी गल नहीं मननी। लंगे ओ थरीम शादी बहु ओकी है, मैं बिल्कुल भी नहीं पे बर्दाश्त कर सकती। ते मैं तेरे नाल ही गल करनी है, वे ओनु मैं अपने कोल ले ले दवा। ओ कमली एडी खुशी दी गल तो तू जग जग क्यों बे करे? मेरा दिल नहीं होना मैं पोतर नु परना वा ओदा रिश्ता मंगदे आ, ओनु मैं इथे कोल ले आसा। मेरी अखी दे सामने उसी मेरे आंट ठाड उसी गई, पर आ जड़ी ओदी जिंदगी है ना, आ जिल्लत दी जिंदगी जड़ी जींदी पई है ना, ओ ते ना जीवे। बहु औखी है, बहु ही औखी है। भलो वी जे सुल तेरी मर्जी, आप वग जाने ओदे होना नहीं तो होण वग जाने। नदीम आ लवे ना मुड़ो, उसनु भी पूछ लवीए। हां आजकल दा जमाना आए आए भई, ओ छोर जिवें सन अक्सी असि इंज मान लिसा, हुण साडी दोवां दी सलाह इंजी आए कि काई नहीं। चलो ओ सब्बा तेरे वास्ते ਕਬ ਖਾ ਲਿਆ ਇਧਰ ਵੇਖ ਲਾ ਕਿਤੇ ਆਈ ਤਿਆਰੀਆਂ ਕਰਦੇ ਬੈਠੇ ਹੋ। ਓ ਮੇਰਾ ਪੋਤਰੋ ਤਿਆਰੀਆਂ ਕਰ ਲਾ, ਤੇਰੀ ਮਾਂ ਨੂੰ ਲੈ ਕੇ ਜਾਂਦਾ ਪਿਆ ਤੇ ਰਿਸ਼ਤੇ ਦੀ ਗੱਲ ਪੱਕੀ ਕਰਾਂਗੇ। ਅਲਹਮਦੁਲਿਲਾ ਮੇਰੀ ਵੀ ਕਟੀ ਗਈ ਹੈ, ਬੇਲੀ ਤਾਨੇ ਮਾਰ ਮਾਰ ਕੇ ਮੈਨੂੰ ਨਾ ਮੁਕਾਈ ਜਾਂਦੇ ਆ ਵੀ ਤੂੰ ਸ਼ਾਦੀ ਨੂੰ ਕਰਦਾ ਪਿਆ। ਸ਼ੁਕਰ ਹੈ ਤੁਸੀਂ ਆ ਗੱਲ ਕੀਤੀ ਸ਼ਾਦੀ ਵਾਲੀ। ਤੇਰੀ ਵੀ ਹੁਣ ਕਟੀ ਗਈ ਹੈ ਨਾ, ਹੁਣ ਵੇਖੀ ਮੈਂ ਆਪਣੀ ਬਤਰੀ ਲੈ ਉਸ ਚੰਨਾ ਵਰਗੀ ਸੋਹਣੀ ਇਸ ਘਰ ਦੇ ਵਿੱਚ ਵੇਖੀ ਤੂੰ ਕਿਵੇਂ ਇੰਨਾ ਬਲੋ ਵੀ ਜਿਹੜੀ ਛਾਪੇ ਬਣੀ ਨਹੀਂ ਜਲਦੀ ਕਰ ਤੇ ਚਲ ਜਾ। ਚਲੋ ਠੀਕ ਹਾਂ ਅੱਬਾ ਹੁੱਕਾ ਸਹੀ ਬੱਕੇ ਹੋਇਆ। ਕੀ ਬਾਤ ਆ ਮੇਰਾ ਪੁੱਤਰ, ਹੁੱਕੇ ਦਾ ਚਸ ਬਣਾ ਦਿੱਤੀ ਪਾਣੀ ਅੱਬਾ ਲਾ ਛੱਡਿਆ ਜ਼ਮੀਨ ਨੂੰ ਸਾਰਾ। ਸਿਆਣਾ ਪੁੱਤਰ ਹੋਇਆ ਸਿਆਣਾ। ਅੱਛਾ ਮੇਰਾ ਪੁੱਤਰ ਮੈਂ ਨਾ ਬੀ ਲੈਣ ਜਾਂਦਾ ਪਿਆ ਬਾਜ਼ਾਰ, ਤੇ ਮੇਰੀ ਪਿਆਰੀ ਦੀ ਨੂੰ ਕਸ਼ ਹੋਰ ਚਾਹੀਦੀ, ਜਿਹੜੀ ਸ਼ੈ ਵੀ ਚਾਹੀਦੀ। ਨਹੀਂ ਅੱਬੂ ਕੋਈ ਸ਼ੈ ਵੀ ਨਹੀਂ ਲੈਣੀ, ਗੋਸ਼ਤ ਲਈਏ ਵਿਆਹ ਕੀ ਲੋਏ ਕੋ ਗੋਸ਼ਤ? ਹਾਂ ਮੁਰਗੇ ਦਾ ਜਾਂ ਬੱਕਰੇ ਦਾ ਜਾਂ ਮੁਰਗੀ? ਅੱਜ ਮੈਂ ਆਪਣੀ ਦੀ ਵਾਸਤੇ ਅਸਲਾਮ ਅਲੈਕਮ ਦਿਲਾਵਰ ਖਾਨ। ਵਾਲੇਕੁਮ ਸਲਾਮ। ਵਾਹ ਹੋਰ ਭਾਈ ਕੀ ਹਾਲ? ਪੁੱਤਰ ਕੀ ਹਾਲ ਹੈ? ਠੀਕ ਹੈ। ਅਸਲਾਮ ਅਲੈਕਮ ਭਾਈ। ਵਾਲੇਕੁਮ ਸਲਾਮ। ਮੰਜੀ ਲਾਇਆ ਸਾਰਾ ਰਿਮਸ਼ਾ
जवान हो गया करमाला सारा कुछ आप कर मोड़ो मेरा दिल तो मन मुंह गल करनी है बिरा मान लेनी उस टाइम कोई अल्लाह माफ करे कोई एडी बड़ी गल है तू हुक्म कर जकदा क्यों बैठा वाला जाका केड़ा है अल्लाह वास्त दा सवाल है ते रिश्ता लेना है रिमशा दी दा रिमशा दी दा रिश्ता हां दो तेरे पोतरन ते थोड़ा जा मेनू निशानी चला दे के दे वास्ते नदीम पोतर वास्ते लेना है भाई मैं तो बड़ी आस उम्मीद लैके आई हूँ लावर भरा को मैं रिमशा दी जड़ी ना नदीम पुत्र वास्ते लैनी गल मेरी बहन भाई रिश्ते होंगे बहना बिरावान दे तो मैं कोई उन्होंने कोई लकड़ियाँ और बालना तो नहीं मैं परनामनिया तो हुई हूँ माशाला तो मैं जवान है बिल्कुल लेकिन मैंने एक गल की समझ नहीं पी आती भाई तुसी नदीम वास्ते क्यों जड़ा ना रिमशा का रिश्ता पे वडेरा जी होया मुड़ से वास्ते लेने मुड़ घर दे विच ओ वड्डा पहलो वड्डे दी शादी करनी है ते ता आई ना कि नहीं तू तरीके नाल मैं जलील तो नहीं करना है मेरी दीन दिलावर ब्रा जलील आनी होने दे केड़ी गल है हुन पक्कियां बेरियां हर कोई वट्टे मारदा हुन अल्लाह जिंदगी करे उन कुड़ियां दी हुन दोवें जवान हैं साडे भी पुत्र जवान हैं मुड़ रिश्ता बहना ब्रा आपस विच बहवन ए तो वड्डी गल ते कोई नहीं ना रिमशा ले जाओ अच्छा हाँ फैसला कर सकना तो मैं प्यो मैं फैसला कर छोड़ा मेरे दोवे थिया मेरे दो पोतर पर नहीं मेरी दोवे थिया चलो ठीक है दे रखो तो जाके तैयारी करो ठीक हो गया ठीक है ओ कह गल तू ही मान ले कर मोड़ पर अब बे मुंह कर जानी है मलंगी मेरे वास्ते तो दोवें दियां दोवें दियां मैं तो फर्क कोई नहीं होना चाहिए जानवर की दियां तो मैं तो भाव मजदूर है ओ भी मेरी बतरी ये भी मेरी बतरी गल मुक्की चलो गल नु टक लग गया हां तो चांद दी दा तारीख दे मैं रख छड़े ने जाके तैयारी कर ठीक ना हो गया ठीक है चलो दा भाईया ठीक हो गया तेरी मेहरबानी तो बड़ा मेरा लाज रखी है तो मेरा मान रखे मेरा मान वधाए कोई गल अच्छा भला मेहरबानी तैयारी कर दी किदे किदे बज गई सारा ओए रब बाहर निकल सारा किदे बाद के अंदर वड़ जाती है जी मैं पता नहीं जाके बहन जी दसो बुजी हूं तू जड़ा आख्या है ना मेरे से गोश लेके आ हां मैं जानदा फिर मैं तू आ गया मलंगी ते मेरी बहन आ गई मेरे उंदे पता है मेनू आई पता ही ना हां जेडी उन्हें गल कीती हो मैं तेरे नाल करना दसो उन्हें तेरा रिश्ता मंगया आई ते रिमशा दा रिश्ता भी मंगया आई नदीम वास्ते मैं आख्या भी गल है मैं सारा दी देवनी नदी में
ਤੇ ਜਿਹੜੀ ਐ ਬੈਠੀ ਹੈ ਇਹ ਉਹ ਲੰਘੂ ਹੁੰਦੇ ਹੋਣੀ ਉਹ ਜਿਹੜਾ ਕੁੱਕੂ ਹੈ ਤੇ ਮੈਂ ਹੁਣ ਮੇਰੀ ਧੀ ਜਾਂਦਾ ਫਿਰ ਤੇਰੇ ਵਾਸਤੇ ਗੋਸ਼ ਲੈਣ ਤੂੰ ਵੀ ਸੁਣ ਲਾ ਤੇ ਤੂੰ ਸਮਝਦੇ ਨਹੀਂ ਤੌਰ 'ਤੇ ਤਿਆਰ ਆਉਣਾ ਚੰਦ ਦੀ 10 ਤਰੀਕ ਨੂੰ ਜਿਹੜਾ ਨਾ ਸ਼ਾਦੀਆਂ ਕਰਾਉਣੀਆਂ ਠੀਕ ਹੈ ਮੈਂ ਜਾ ਕੇ ਧੀ ਵਾਸਤੇ ਗੋਸ਼ ਲੈ ਆਵਾਂ ਹੈ ਤੇ ਮੈਂ ਤੇਰੇ ਕੋਲ ਪੁੱਛਦਾ ਪਿਆ ਮੂੰ ਅੱਜ ਸ਼ਵਰਮਾ ਜਿਹਾ ਨਾ ਲਾਇਆ ਵਾ ਜਿਹੜਾ ਐਂ ਕਰਕੇ ਬਣਾਈਂਦੇ ਹਾਂ ਲਈ ਆਵੀ ਚਲੋ ਠੀਕ ਸ਼ਾਬਾਸ਼ ਗੱਲਾਂ ਮੰਮੀ ਸੁਣਦੀ ਪਿਆ ਸੀ ਤੇ ਤੂੰ ਵੀ ਸੁਣਦੀ ਪਈਆਂ ਇਹ ਫੁੱਫੀ ਦੀ ਕੋਈ ਚਾਹ ਲਾਉਣੀ ਹੈ ਹੁਣ ਪਤਾ ਵੀ ਆ ਕਿ ਨਦੀਮ ਮੇਰੇ ਪੈਰ ਮੰਗੇਤਰ ਹੈ ਉਸਦੇ ਬਾਵਜੂਦ ਵੀ ਮੋਟੇ ਦਾ ਰਿਸ਼ਤਾ ਮੰਗਦੀ ਪਈ ਆਈ ਉਹ ਸ਼ਾਦੀ ਤੇ ਸਾਡੀ ਦੋਵਾਂ ਦੀ ਉਹਦੇ ਆਉਣੀ ਹੈ ਤੇ ਮੈਂ ਤੈਨੂੰ ਪਹਿਲੇ ਦੱਸਦੀ ਪਈ ਹਾਂ ਕਿ ਮੇਰੇ ਨਾਲ ਉੱਥੇ ਕੋਈ ਗੱਲ ਨਾ ਤੂੰ ਕਰੀ ਮੈਂ ਕਿਉਂ ਕਰਨੀ ਹੈ ਤੇਰੇ ਨਾਲ ਗੱਲ ਮੇਰਾ ਦਿਮਾਗ ਖਰਾਬ ਹੈ ਉਹ ਤਾਂ ਮੈਨੂੰ ਪਤਾ ਹੈ ਨਾ ਤੇਰਾ ਪਤਾ ਵੀ ਕੋਈ ਨਹੀਂ ਤੂੰ ਗੱਲ ਕਰਨ ਰਵੇਂ ਵੀ ਨਾ ਪਹਿਲਾਂ ਮੈਂ ਕਿਹੜਾ ਤੇਰੇ ਨਾਲ ਬੁਰਾ ਕੀਤਾ ਜਿਹੜਾ ਮੈਂ ਹੁਣ ਕਰਨਾ ਤੇਰੇ ਦਿਮਾਗ ਦਾ ਪਤਾ ਵੀ ਕੋਈ ਨਹੀਂ ਤੂੰ ਬੁਰਾ ਕਰ ਵੀ ਸਕਦੀ ਹੈ ਤੇ ਤੂੰ ਕਿਤੇ ਮੈਂ ਕਿਤੇ ਆਉਣਾ ਮੈਂ ਆਪਣੇ ਘਰ ਆਈ ਹਾਂ ਅੰਮੀ ਕਿਉਂ ਰੋਣੀ ਮੇਰੀ ਦੀ ਕੀ ਹੋਇਆ ਮੇਰੀ ਦੀ ਅੰਮੀ ਮੈਂ ਤੁਹਾਨੂੰ ਕਿਆ ਦੱਸਾਂ ਹਾਂ ਪੁੱਪੀ ਆਈ ਅੱਜ ਰਿਸ਼ਤਾ ਮੰਗਣ ਅੱਛਾ ਨਦੀਮ ਵਾਸਤੇ ਮੇਰਾ ਲੇਕਿਨ ਅੱਬੂ ਨੇ ਜਾਣ ਬੂਝ ਕੇ ਮੇਰਾ ਰਿਸ਼ਤਾ ਉਹ ਕੁੱਕੂ ਨਾਲ ਕਰ ਦਿੱਤਾ ਜਿਹੜਾ ਲੱਤਾ ਤੂੰ ਮਾਜ਼ੂਰ ਹੈ ਮੈਨੂੰ ਜਾਣ ਬੂਝ ਕੇ ਜ਼ਲੀਲ ਕਰਨ ਵਾਸਤੇ ਅੱਬੂ ਨੇ ਇਹ ਕੀਤਾ ਅੱਛਾ ਮੇਰੀ ਦੀ ਕੋਈ ਨਹੀਂ ਖੈਰ ਇਹ ਨਸੀਬਾਂ ਦੀ ਗੱਲ ਆਉਂਦੀ ਹੈ ਤੇਰਾ ਪਿਓ ਤੇ ਚੰਗਾ ਭਲਾ ਆਈ ਨਾ ਮੈਂ ਕਿਤਨੀ ਕੋਸ਼ਿਸ਼ ਕੀਤੀ ਉਹਦੇ ਨਾਲ ਸਹੀ ਵਸਣ ਦੀ ਪਰ ਮੇਰੇ ਨਸੀਬ ਵਿੱਚ ਨਿਕਲ ਨਹੀਂ ਆਈ ਇਸ ਗੱਲ ਮੇਰੇ ਪਿਓ ਕਿਉਂ ਤਾਨੇ ਪੀ ਦਿਨ ਕਿਹੜੀਆਂ ਗੱਲਾਂ ਵੀ ਕਰਦੀ ਹੈ ਮੇਰੀ ਦੀ ਮੈਂ ਤੇਰੇ ਨਾਲ ਬਦਤਮੀਜ਼ੀ ਨਹੀਂ ਕਰਦੀ ਮੇਰੇ ਨਾਲ ਤਮੀਜ਼ ਨਾਲ ਗੱਲ ਮੇਰੇ ਪਿਓ ਦੀਆਂ ਤੂੰ ਗੇ ਜੀਆਂ ਗੱਲਾਂ ਵੀ ਕਰਦੀ ਹੈ ਸਾਲਾ ਜਾ ਕੇ ਹੋਵੇ ਸਾਲਾ ਜਾ ਮੇਰੇ ਘਰ ਸਾਲਾ ਤਮੀਜ਼ ਕਰ ਨਿਕਲ ਮੇਰੇ ਨਾਲ ਤੂੰ ਕਰਦੀ ਮੇਰੀ ਮਾਂ ਨਾਲ ਨਾ ਕਰੀ ਮੈਂ ਬਰਦਾਸ਼ਤ ਨਹੀਂ ਕਰਾਂਗੀ ਤੂੰ ਮੇਰੇ ਪਿਓ ਦੀਆਂ ਕਿਉਂ ਗੱਲਾਂ ਵੀ ਕਰਦੀ ਹੈ ਉਹ ਤੇਰਾ ਪਿਓ ਹੈ ਮੇਰਾ ਵੀ ਪਿਓ ਹੈ ਤੇਰਾ ਜ਼ਿਆਦਾ ਰਿਸ਼ਤਾ ਹੋ ਗਿਆ ਪਰ ਇਹ ਨਾਲ ਤੂੰ ਨਿਕਲ ਕਿਉਂ ਨਿਕਲੇ ਹੋ ਹਾਂ ਤਮੀਜ਼ ਨਾਲ ਖੜੀ ਹੋ ਤੂੰ ਇਹ ਮੇਰੇ ਪਿਓ ਦਾ ਘਰ ਹੈ ਇਹਦਾ ਘਰ ਕੋਈ ਨਹੀਂ ਇਹ ਮੇਰੀ ਮਾਂ ਦਾ ਵੀ ਘਰ ਹੈ ਤੇ ਮੇਰਾ ਵੀ ਘਰ ਹੈ ਮੇਰੇ ਵੀ ਤੇਰਾ ਹੱਕ ਨਹੀਂ ਆਈ ਮੈਂ ਲੜਾਈ ਕਰਨ ਨਹੀਂ ਆਈ ਤੂੰ ਨਿਕਲ ਜਾ ਨਾ ਤੈਨੂੰ ਮੈਂ ਕਹਿ ਵੀ ਰਹੀ ਹਾਂ ਸਮਝ ਨਹੀਂ ਆ ਰਹੀ ਤੈਨੂੰ ਮੇਰੀ ਮਾਂ ਨੂੰ ਹੱਥ ਨਾ ਲਾਵੀ ਹੁਣ ਪਰ ਇਹ ਤੂੰ ਕਰ ਨਾ ਨਹੀਂ ਜਾਏਗੀ ਸੱਚੀ ਮੇਰਾ ਪਿਓ ਆਂਦਾ ਹੈ ਗੰਦੀ ਔਰਤ ਹੈ ਤਮੀਜ਼ ਹੈ ਤੈਨੂੰ ਮੇਰੀ ਮਾਂ ਨੂੰ ਤੂੰ ਗਲਤ ਕਹਿ ਰਹੀ ਹੈ ਤੇਰੀ ਇਤਨੀ ਜ਼ੁਰਤ ਇਤਨੀ ਤੇਰੀ ਜ਼ਬਾਨ ਵੱਧ ਗਈ ਹੈ ਹਾਂ ਲਵੇ ਅੱਬੂ ਮੈਂ ਦੱਸਾਂ ਗਈ ਮੇਰੀ ਦੀ ਮੈਂ ਤਾਂ ਵੈਸਾ ਗਿਆ ਆਈ ਆ ਮੈਂ ਮੈਨੂੰ ਕਿਸੇ ਦੱਸਿਆ ਕਿ ਤੇਰੀ ਸ਼ਾਦੀ ਹੁੰਦੀ ਪਈ ਮੈਂ ਉਸ ਵਜ੍ਹਾ ਤੂੰ ਆਈ ਆ ਮੈਂ ਮੈਨੂੰ ਤਾਂ ਨਾ ਹੀ ਪਤਾ ਇਹ ਤਾਂ ਢੇਰ ਸਾਰੇ ਸ਼ਿਕਾਰ ਬਣ ਸੀ ਕੁਝ ਨਹੀਂ ਹੋਣਾ ਮੈਂ ਆਪੇ ਸੰਭਾਲ ਲਵਾਂਗੀ ਪਹਿਲ ਵੀ ਬਰਦਾਸ਼ਤ ਕਰਦੀ ਆ ਨਾ ਮੈਂ ਹੁਣ ਵੀ ਬਰਦਾਸ਼ਤ ਕਰ ਲਵਾਂਗੀ ਮੈਂ ਮੇਰੀ ਦੀ ਮੈਂ ਤਾਂ ਕਿਸੇ ਕੰਮ ਵਾਸਤੇ ਆਈ ਆ ਮੁਨਾ ਮੈਨੂੰ ਨਾ ਹੀ ਪਤਾ ਕਿਤਨਾ ਸ਼ਿਕਾਰ ਇਸ ਬਣਾ ਲਵਣਾ ਕੁਝ ਨਹੀਂ ਹੋਦਾ ਮੈਂ ਬਰਦਾਸ਼ਤ ਕਰ ਲਵਾਂਗੀ ਪਹਿਲੇ ਵੀ ਤਾਂ ਮੈਂ ਬਰਦਾਸ਼ਤ ਕੀਤੀ ਆ ਨਾ ਹੁਣ ਤਾਂ ਕਰਦੀ ਆਈ ਆ ਅੱਛਾ ਚਲੋ ਮੈਂ ਬਹਿਨੀ ਆ ਤੂੰ ਆਪਣਾ ਖਿਆਲ ਰੱਖੀ ਪਰ ਇਹ ਨਸੀਬਾਂ ਦੀ ਗੱਲ ਆਉਂਦੀ ਹੈ ਕੁੱਕੂ ਵੀ ਅੱਛਾ ਠੀਕ ਹੈ ਪਰੇਸ਼ਾਨ ਨਹੀਂ ਹੋਣਾ ਠੀਕ ਹੈ ਆਪਣਾ ਖਿਆਲ ਰੱਖੀ ਮੈਂ ਹੁਣ ਬਹਿਨੀ ਆ ਪੋਤਰੋ ਨਹੀਂ ਅੱਬਾ ਤੇਰੀ ਗੱਡੀ ਪੱਕੀ ਕਰ ਰਿਹਾ ਆ ਤੇ ਨਦੀਮ ਦੀਆਂ ਕਿਤੇ ਉਦੇ ਦਿਲਾਵਰ ਖਾਨ ਦੇ ਹੈਲੋ ਗਾ ਤੇ ਨਦੀਮ ਵਾਸਤੇ ਆਸੇ ਨਾ ਰਿਮਸ਼ਾ ਦਾ ਰਿਸ਼ਤਾ ਲਵਾਂ ਵਤ ਮੁੜਗੋ ਬਰਾ ਦਿਲਾਵਰ ਜਿਹੜਾ ਉਸ ਜ਼ਿੱਦ ਕਰ ਲਈ ਗਈ ਉਸ ਆਖਿਆ ਵੀ ਮੈਂ ਨਹੀਂ ਨਦੀਮ ਨੂੰ ਦੇਵੀ ਰਿਮਸ਼ਾ ਤੇ ਰਿਮਸ਼ਾ ਹੁਣ ਤੇਰੇ ਵਾਸਤੇ ਹਾਂ ਕਰ ਆਇਆ ਸੀ ਤੇ ਉਹਨਾਂ ਆਖਿਆ ਵੀ ਐਸਾ ਕੁਕੁਨ ਦਿੰਦੇ ਹਾਂ ਹਾਂ ਤੇ ਸਾਰਾ ਜਿਹੜੀ ਹੈ ਉਹ ਉਹਨਾਂ ਨਦੀਮ ਵਾਸਤੇ ਆਖੀ ਗਈ ਮੈਂ ਅਮੀ ਸ਼ਾਦੀ ਕਾਇ ਨਹੀਂ ਕਰਨੀ ਕੀ ਪਿਆ ਨਾ ਮੈਂ ਸ਼ਾਦੀ ਕਾਇ ਨਹੀਂ ਕਰਨੀ ਕਿਉਂ ਮੈਨੂੰ ਪਤਾ ਹੈ ਨਾ ਉਹ ਕਿਸ ਤੋਂ ਰਿਸ਼ਤਾ ਦਿੰਦੇ ਪੈਣ ਤੁਹਾਨੂੰ ਉਹਨਾਂ ਦਾ ਉਹਦਾ ਦਿਲ ਆ ਨਦੀਮ ਵਾਸਤੇ ਅੱਛਾ ਉਹ ਮਜਬੂਰ ਹੋ ਕੇ ਤੁਹਾਨੂੰ ਰਿਸ਼ਤਾ ਦਿੰਦੇ ਪੈਣ ਤੇ ਮੈਂ ਉਹ ਰਿਸ਼ਤਾ ਕੋਈ ਨਹੀਂ ਲੈਣਾ ਅਕਲ ਕਰ ਮਜਬੂਰ ਹੋ ਕੇ ਕਿਵੇਂ ਸਾਡੀਆਂ ਧੀਆਂ ਦੋਵੇਂ ਆਪਣੀਆਂ ਅੱਬਾ ਤੂੰ ਆਪਣੀ ਸਾਰਾ ਸੱਚਾ ਹੈ ਤੈਨੂੰ ਤਾਂ ਪਤਾ ਵੀ ਮੈਂ ਪੋਲੀ ਹੋਏ ਲਾਤੀ ਚੂ ਮੈਂ ਨਾ ਕੰਮ ਦਾ ਨਕਾਰ ਦਾ ਮੈਂ ਕੀ ਕਰਕੇ ਉਹਨੂੰ ਖਵਾਈ ਸਾਂ ਉਹ ਸ਼ੋਦੀ ਅੱਗੇ ਝਿੜਕਾਂ ਦੀ ਚੱਲੀ ਹੋਈ ਇੱਥੇ ਆਉਣੀ ਹੈ ਇੱਥੇ ਆ ਕੇ ਮੋੜੋ ਹਿਸਾਬੇ ਪਾ ਜਾਵੇ ਨਹੀਂ ਨਹੀਂ ਚੀਜ਼ ਨਹੀਂ ਦੇਖ ਦਿੰਦੀ ਉਸਨੂੰ ਕੋਈ ਨਹੀਂ ਤੂੰ ਲੰਗੜਾ ਹੈ ਉਹਨੂੰ ਕੋਈ ਇਤਰਾਜ਼ ਨਹੀਂ ਕਿਸੇ ਕਿਸਮ ਦਾ ਵੀ ਉਹਨੂੰ ਕਿਵੇਂ ਕਰਕੇ ਇੱਕ ਵਾਰੀ ਉੱਥੋਂ ਕੱਢਣਾ ਹੈ ਉਸ ਅਜ਼ਾਬ ਦੇ ਵਿੱਚੋਂ ਤੈਨੂੰ ਪਤਾ ਤੇ ਉੱਥੋਂ ਕਿਹੜੀ ਔਖੀ ਹੈ ਅੱਛਾ ਉੱਥੋਂ ਅਜ਼ਾਬ ਵਿੱਚ ਕਹਿਣਾ ਵੀ ਇੱਕ ਅਜ਼ਾਬ ਵਿੱਚ ਨਿਕਲੇ ਦੂਏ ਚਾ ਕੇ ਪੈ ਜਾਵੇ ਮੈਂ ਜਿੰਦਾ ਬੈਠਾ ਹਾਂ ਮੋੜੇ ਤੇ ਅਜ਼ਾਬ ਵਿੱਚ ਪਾਉਣੇ ਬਈ ਬਤੇਰੀ ਤੇ ਖਬਰ ਹੈ ਲੱਤਾਂ ਨੂੰ
मैं पता ना पिछो तो सारी जिंदगी मैं नहीं भावनी है ना तो मैं उन्हें कितों कमा के देना है मेरी अब्बा यह गल मैं उस दिन मैं औखे नहीं करना कुको कुड़ी बड़ी चंगी है तेन पता है सियानी है बड़ी सारी जिंदगी तेरे नाल गुजारा कर ले सी मैनू भी मेरी माँ पता है कुड़ी बहुत चंगी है मैनू पता नहीं मैं कुबाल हाँ चंगी है तो मैं भी जवाब पे देना भी उनका मैं मजबूरी का फायदा कोई नहीं उठाना तो ना मैं उनकी शादी करनी आ वेख औलाद दा काम वेख औलाद दा काम वेख हुण अपनी ते मैं ते उल्टा परेशानी विच आ गई हां वो उतो कुड़ी अल्लो वेदियां ते परेशान होनियां ए के छोर नवा रफड़ पा जा ओए उन्ना गल करनी आई उन्ना जेड़ा तेरा पुत्र लाजड़ा कीती जांदा मेरे नाल गल उन्ना गल का नहीं कीती ते पेंदा मैं लगदा नहीं ਲੈ ਬਈ ਐ ਮੇਰੀ ਧੀ ਦਾ ਆ ਗਿਆ ਵਰਮਾ ਤੇ ਬਾਕੀ ਵੀ ਸਾਰਾ ਘਰ ਦਾ ਸਮਾਨ ਪਰ ਹੈ ਕਿਤੇ ਸਾਰਾ ਪਿਓ ਘਰ ਚ ਆ ਬੈਠੇ ਤੂੰ ਨਜ਼ਰ ਹੀ ਕਾਇਲ ਹੁੰਦੀ ਪਈ ਮੇਰੀ ਰਾਣੀ ਦੀ ਔਰ ਆਵੇ ਨਾ ਸਾਰਾ ਰੋਂਦੀ ਕਿਉਂ ਵਧੀ जरूर इसे सदवाई होनी चुप करे ना मैं हुण तेरे सामने सारा नितारा कर रिमशा रिमशा जी जी तेरी मां इत्थे की लैण आई है अम्मी अम्मी आपे ही आई है मैं ते नहीं सदवाया गुंडी मिसरी जदों मैं उनके इस घर चो काट दिता ते मुड़े इत्थे की लैण आई है जरूर तो उन सदवाया नहीं अब्बू जी मैं नहीं सदवाया आपे ही आई है तू झूठ बोलन तू बाद आवना है कि नहीं आवना अब्बू जी मैं झूठ नहीं बोल रही आप ही आई अम्मी तेरा पूथा तेरिया गल्लां दा साथ ही नहीं देंदा पिया तू उन सदवाया इत्थे जदों उन मैं कर छड़िया मेरा तेरे नाल कोई तल्लक नहीं डैण नाल ओ क्यों इत्थे आई है ते तू सारा के इनू मारिया भी है अब्बू जी इने बदतमीजी कीती मेरी मां नाल ते मैं मुड़ तुसे कुटना शुरू कर दित्ता मैं मर गया मु ओ बोल ना मैं मर गया हां ਹੁਣ ਬੁਲੇਂਦੇ ਨੇ ਨਿਕਲ ਜਾ ਕੂੜੇ ਨੇ ਕੀ ਬੋਲਣਾ ਹੁੰਦਾ ਇਹ ਕੀ ਦਿਲਾਵਰ ਉਹ ਤੂੰ ਇੱਥੇ ਕੀ ਲੈਣ ਆਈ ਹਾਂ ਮੈਂ ਆਪਣੀ ਬੇਟੀ ਵਾਸਤੇ ਆਈ ਹਾਂ ਬੇਟੀ ਵਾਸਤੇ ਤੇ ਸ਼ਰ ਫੈਲਾਣਾ ਆਈ ਹਾਂ ਤੈਨੂੰ ਪਤਾ ਲੱਗਾ ਵੀ ਹੁਣ ਦੀਆਂ ਦੀ ਚਾਦੀ ਪਿਆ ਕਰੇਦਾ ਡੈ ਅਗੇ ਤੇਰੀ ਵਜ੍ਹਾ ਤੋਂ ਮੇਰਾ ਘਰ ਬਰਬਾਦ ਹੋਇਆ ਮੈਂ ਬਰਬਾਦ ਕੀਤਾ ਹੈ ਔਰ ਮੈਂ ਬਰਬਾਦ ਕੀਤਾ ਆਪਣੀ ਕਰਤੂਤਾਂ ਦੀ ਵਜ੍ਹਾ ਤੋਂ ਬਰਬਾਦ ਤੇਰੇ ਕਰਤੂਤਾਂ ਦੀ ਵਜ੍ਹਾ ਤੋਂ ਘਰ ਖਰਾਬ ਹੋਇਆ ਮੇਰਾ ਕੀ ਕਰਤੂਤਾਂ ਤੇਰੇ ਹੀ ਕਰਤੂਤਾਂ ਜਿਹੜੀ ਤੇਰੀ ਧੀ ਵੇਦੀ ਹੈ ਜਿਹੜਾ ਤੂੰ ਕਰਨਦੀ ਆ ਉਹ ਵੀ ਆ ਕਰਨਦੀ ਪਈ ਰਲ ਕੇ ਤੁਸੀਂ ਇਹਨੂੰ ਮਾਰਿਆ ਇਹ ਮੇਰੀ ਧੀ ਦਾ ਕੰਮ ਨਹੀਂ ਹੈ ਇਹ ਤੇਰੀ ਧੀ ਦਾ ਕੰਮ ਹੈ ਉਹਨੂੰ ਤੂੰ ਪਾਲਿਆ ਹੈ ਤੂੰ ਸਾਂਭਿਆ ਉਹਨੂੰ ਤੂੰ ਤਰਬੀਅਤ ਦਿੱਤੀ ਉਹ ਬਦਤਮੀਜ਼ੀਆਂ ਕਰਦੀ ਹੈ ਮੈਂ ਧੀ ਪਾਲੀ ਹੈ ਮੈਂ ਪਾਲੀ ਤੇ ਚੋਰ ਹੈ ਇਹ ਮਕਾਰ ਹੈ ਇਹ ਮਿਸਰੀ ਹੈ ਇਹ ਪਲੀਤ ਇਹ ਸਾਰੀਆਂ ਖਾਮੀਆਂ ਇਹਦੇ ਵਿੱਚ ਇਹਦੇ ਵਿੱਚ ਕੋਈ ਖਾਮੀ ਨਹੀਂ ਹੈ ਹੁਣ ਪਰਨਾ ਕੇ ਦੇਣਾ ਪਿਆ ਨਾ ਸ਼ਾਦੀ ਕਰਕੇ ਤੂੰ ਤੇ ਵੇਖ ਲੈ ਵੀ ਕਹਿੰਦੇ ਖਾਮੀਆਂ ਨਿਕਲਦੀਆਂ ਉਹਦੇ ਵਿੱਚ ਨਿਕਲਦੀਆਂ ਇਹਦੇ ਵਿੱਚ ਨਿਕਲਦੀਆਂ ਵਾਹ 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 ਪਰਨਾ ਕੇ ਦੇਂਦਾ ਪਿਆ ਵੱਡੀ ਦੁਰਨਾਟ ਤਾਂ ਵੇਖ ਆਈ ਮੈਂ ਦਿਲਾਵਰ ਖਾਨ ਦਾ ਫੈਸਲਾ ਤੂੰ ਕਲੋਨੀ ਵਿੱਚ ਫੈਸਲੇ ਦੇ ਵਿੱਚ ਅਮਲ ਦਖਲ ਕਰਨ ਵਾਲੀ ਮੈਂ ਦਖਲ ਕਰਨ ਵਾਲੀ ਹਾਂ ਭਾਈ ਤੂੰ ਮੈਨੂੰ ਤਲਾਕ ਦਿੱਤੀ ਹੈ ਮੈਂ ਤਲਾਕ ਦੇਵਾਂ ਨਾ ਦੇਵਾਂ ਤੈਨੂੰ ਮੈਂ ਤੂੰ ਘਰ ਛੱਡਿਆ ਜਦੋਂ ਮੋੜ ਇਹ ਮੇਰਾ ਘਰ ਹੈ ਮੈਂ ਜੇ ਆ ਸਕਨੀ ਆ ਉਹ ਘਰ ਹੈ ਨਾ ਤੇ ਨਿਕਲੋ ਜਾਓ ਦੋਵੇਂ ਤੁਸੀਂ ਨਿਕਲੋ ਮੈਂ ਨਹੀਂ ਜਾਣਾ ਮੈਂ ਅੱਜ ਮੁੱਕ ਕੇ ਬੈਸਾ ਤੇਰੇ ਨਾਲ ਉਹ ਟਾਂਟਾ ਇਸੇ ਜ਼ਬਾਨ ਦੀ ਵਜ੍ਹਾ ਤੋਂ ਤੇਰਾ ਘਰ ਅਗੇ ਉਜੜਿਆ ਤੇ ਬਾਤ ਕਿਰਦਾਰੀ ਦੀ ਵਜ੍ਹਾ ਮੈਂ ਨਹੀਂ ਆ ਤੂੰ ਆਪਣੀ ਕਰਤੂਤਾਂ ਦੀ ਵਜ੍ਹਾ ਤੋਂ ਘਰ ਵਣ ਆਇਆ ਹੈ ਕੀ ਨੇ ਮੇਰੇ ਕਰਤੂਤ ਦੱਸ ਕੀ ਕਰੇ ਮੇਰੇ ਕਰਤੂਤ ਨੂਰ ਨੂਰ ਦੇ ਨਾਲ ਤੇਰਾ ਚੱਕਰ ਚੱਲਦਾ ਹੈ ਨਾ ਮੈਂ ਇਸੇ ਵਜ੍ਹਾ ਤੋਂ ਘਰੋਂ ਨਿਕਲ ਗਈ ਆ ਪਰ ਮੈਂ ਨਾ ਮੂੰਹ ਚਾਹੁੰਦੀ ਕਿ ਮੇਰੀ ਧੀ ਨਾਲ ਤੂੰ ਐ ਸਲੂਕ ਕਰ ਬਦਤਮੀਜ਼ ਤੂੰ ਨੂਰ ਦਾ ਨਾ ਮਰਦ ਨਾਤਾ ਦੋਤਾ ਘੋੜਾ ਹੁੰਦਾ ਹੈ ਤੇਰੀ ਵਜ੍ਹਾ ਤੂੰ ਤੇਰੀ ਬਾਤ ਕਿਰਦਾਰੀ ਵਿੱਚ ਤੂੰ ਘਰ ਉਜੜਿਆ ਮਰਦ ਜੋ ਮਰਜ਼ੀ ਕਸੂਰ ਕਰ ਲਵੇ ਜੋ ਮਰਜ਼ੀ ਕਰਤੂਤ ਕਰ ਲਵੇ ਤੂੰ ਕੀ ਮਾਫ ਕੀਤਾ ਜਾਵੇ ਤੂੰ ਵੇਖਿਆ ਕੀ ਹੈ ਮੇਰਾ ਨੂਰ ਨਾਲ ਅੱਛਾ ਮੈਂ ਅੰਨੀ ਆਮੂ ਮੈਂ ਕੁਛ ਨਾ ਮੂਵੇ ਦੱਸ ਨਾ ਕੀ ਵੇਖਿਆ ਤੂੰ ਉਸੇ ਦੀ ਵਜ੍ਹਾ ਤੂੰ ਮੈਨੂੰ ਘਰੋਂ ਕੱਢਿਆ ਜੇ ਤੇਰਾ ਕਸੂਰ ਹੀ ਕੋਈ ਨਾ ਹੈ ਤੂੰ ਉਹਨੂੰ ਮੇਰੇ ਸਾਹਮਣੇ ਲੈ ਕੇ ਅਮਨਾ ਰਾਤ ਦਿਨ ਤੇਰੇ ਉਸ ਨਾਲ ਰੰਗ ਰਲੀਆਂ ਹੁੰਦੀਆਂ ਅੱਜ ਤੂੰ ਆਨਾ ਮੇਰਾ ਕੀ ਵੇਖੇ ਮੈਂ ਤਾਂ ਉੱਥੇ ਚੜ ਚੜ ਕੇ ਜਿੰਦੀ ਰਹੀ ਹਾਂ ਕਿ ਮੇਰੀ ਧੀ ਨਹੀਂ ਵੇਖ ਸੀ ਤੇ ਮੇਰੀ ਧੀ ਤੇ ਕੀ ਤਰਬੀਅਤ ਹੋ ਸੀ ਪਰ ਤੇਰੇ ਜਿਹਾ ਬੰਦਾ ਕੋਲ ਮੈਂ ਆਪਣੀ ਧੀ ਨਹੀਂ ਰੱਖਣੀ ਮੈਂ ਲਾ ਜਾ ਸਾਨੂੰ ਬਾਹਰ ਤੂੰ ਮੇਰਾ ਇੱਥੇ ਘਰ ਵਾਲਾ ਬਣਨਾ ਹੀ ਹੈ ਤੂੰ ਮੇਰਾ ਹੈਡਮਾਸਟਰ ਬਣਾ ਮੈਨੂੰ ਸਿਖਾਵਣਾ ਹੈ ਦਿਲਾਵਰ ਖਾਨ ਨੂੰ
ਮੈਨੂੰ ਤੇਰੇ ਨਾਲ ਕੁਛ ਵੀ ਨਹੀਂ, ਮੈਂ ਆਪਣੀ ਬੇਟੀ ਵਾਸਤੇ ਆਈ ਆ। ਤੂੰ ਬੇਟੀ ਵਾਸਤੇ ਆਈ ਨਾ ਤੇ ਲੈ ਜਾ ਨੂੰ ਨਿਕਲ। ਲੈ ਭਾਈ ਸਾਹਿਬ ਆਪਣੀ ਬੇਟੀ ਨੂੰ, ਮੈਂ ਤੇਰੇ ਕੋਲ ਇੱਕ ਮਿੰਟ ਹੀ ਆਪਣੀ ਬੇਟੀ ਨਹੀਂ ਰਾਂ। ਪਰ ਬੇਟੀ ਦੀ ਹੁਣ ਮੇਰੀ ਦੀ ਸ਼ਾਦੀ ਹੁੰਦੀ ਪਈ ਹੈ ਨਾ, ਉੱਥੇ ਪਤਾ ਚੱਲ ਪਈ ਸੀ ਕਈ ਦੀ ਤਰਬੀਅਤ ਅੱਛੀ ਏ। ਹਾਂ ਹਾਂ ਚੱਲ ਜਾ ਸੀ ਪਤਾ, ਜੇ ਕਾਵਾਂ ਦੇ ਆ ਕੇ ਡੋਰ ਮਰਦੇ ਨਾ ਤੇ ਕੋਈ ਡੋਰ ਬਚਦਾ ਹੀ ਨਾ। ਉਹ ਤਾਂ ਨਹੀਂ ਵੀ ਪਤਾ ਚੱਲ ਪਈ ਸੀ ਉਹ ਚੰਗੀ ਕਿ ਚੰਗੀ। ਜਾ 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 ਦਿਮਾਗ ਨਾ ਖਾਓ ਮੇਰਾ। ਠੀਕ ਹੈ ਮੈਂ ਲਈ ਜਾ ਰਹੀ ਹਾਂ ਬੇਟੀ ਨੂੰ। ਲੈ ਜਾ ਤੂੰ ਆਪਣੀ ਮਾਂ ਸੰਭਾਲ ਕੇ ਰੱਖੀ ਆਪਣੀ ਲਾਡਲੀ ਬੇਟੀ ਨੂੰ। ਜੇ ਇਹੋ ਜਿਹੀ ਮਾਂ ਉਹ ਜਿਹੀ ਮਾਸੀ ਤੇ ਘਰ ਦਾਇਰੇ ਤੇ ਜਾਸੀ ਟਾਂ ਟਾਂ ਕਰਨ ਆ ਗਈ। ਦਿਲ ਛੋਟਾ ਨਾ ਕਰ ਸਰ। ਅੱਛਾ ਰੇ ਕੀ ਪੁੱਤਰ ਗੱਲ ਸੁਣ ਦਾ ਸੱਪਾ। ਓ ਮੇਰਾ ਪੁੱਤਰ ਪਾਣੀ ਦਾ ਘੋੜ ਤਾਂ ਪਿਵਾਇਆ ਜਾ ਕਰੋ। ਗਰੀਮ ਸ਼ਪਵਾ ਨਹੀਂ ਗਈ ਪਾਣੀ। ਮੇਰਾ ਪੁੱਤਰ ਇਤਨੀ ਗਰਮੀ ਆ ਕਿ ਮੋੜੀਮ ਸ਼ਪਵਾ ਤਾਂ ਨਹੀਂ ਗਈ। ਅਲਾ ਮਰੀਮ ਸ਼ਾਨਾਂ ਦੀ ਪਾਣੀ ਉਤਨ ਪਵਿੰਦੀ ਹੈ ਤੇ ਤੋ ਨਹੀਂ ਪਿਵਾ ਸਕਦੀ। ਮੈਂ ਆਂਦੀ ਇਸ ਨਾ ਰਿਮਸ਼ਾਨ ਉਹ ਪਵਿੰਦੀ ਹੈ ਪਾਣੀ, ਮੈਂ ਹੋਰ ਵੀ ਕੰਮ ਹੈ ਨੂੰ। ਰਿਮਸ਼ਾ ਪਿਓ ਨੂੰ ਪਾਣੀ ਦੇਵਣ ਲੱਗਿਆ ਤਾਂ ਕੰਮ ਦੇਰ ਹੁੰਦੇ ਨੇ। ਹੁਣ ਉਹ ਪਵਿੰਦੀ ਹੈ ਨਾ ਪਾਣੀ ਆ ਕੇ। ਰਿਮਸ਼ਾ ਆਏ ਹਾਲਾਤ ਅੱਬੇ ਪਾਣੀ ਪੁਆ ਜਾ ਕੇ ਆ ਗਈ ਹੈ ਪਵਿੰਦੀ। ਅਬੂ ਜੀ ਪਾਣੀ ਪੀਣਾ ਤੁਸੀਂ? ਮੇਰਾ ਪੁੱਤਰ ਮੈਂ ਪਾਣੀ ਮੰਗਿਆ। ਅੱਛਾ ਮੈਂ ਲੈ ਕੇ ਆਨੀ ਹਾਂ। ਫਿਰ ਕਮਾਲ ਨਹੀਂ ਕੀਤੀ ਵਾਦੀ, ਮੈਂ ਪਾਣੀ ਦਾ ਘੁੱਟ ਮੰਗਾ ਤਾਂ ਮੈਨੂੰ ਦਿੰਦਾ ਕੋਈ ਨਹੀਂ। ਆਏ ਬੜੀ ਸਿਆਣੀ ਧੀ ਹੈ, ਬੜੀ ਸਿਆਣੀ ਧੀ ਹੈ। ਜੇ ਸ਼ਾਇਦ ਵੀ ਜ਼ਰੂਰਤ ਹੋ ਤੁਸੀਂ ਮੈਨੂੰ ਆਖਾ ਕਰੋ ਜਿਹੜਾ ਵੀ ਕੰਮ ਹੋ। ਉਹ ਮੇਰਾ ਪੁੱਤ ਕਈ ਸ਼ਾਇਦ ਦੀ ਜ਼ਰੂਰਤ ਹੋਣੀ, ਇਹ ਪਾਣੀ ਦਾਣੀ ਰੋਟੀ ਬੋਲ ਮੁੱਦੇ ਬਾਰੇ ਮੈਂ ਕੀ ਕਰ ਸਕਦਾ। ਤਾਂ ਮੈਨੂੰ ਆਖਿਆ ਕਰੋ ਨਾ। ਉੱਥੇ ਉਹ ਤਾਂ ਇੰਜ ਮੈਨੂੰ ਵੇਂਦੀ ਹੈ ਖਾ ਗਾਰ ਬਣ ਛੇੜ ਵੇਂਦੀ ਹੈ। ਪਤਾ ਨਾ ਤੁਹਾਨੂੰ ਉਹਦਾ, ਤੇ ਮੈਨੂੰ ਆਖ ਦਿੱਤਾ ਕਰੋ ਜਿਹੜਾ ਵੀ ਕੰਮ ਹੋ। ਮਰਜ਼ੀ ਵਾਲੀ ਹੈ ਮੇਰੀ ਧੀ, ਬਸ ਤੇਰੇ ਤੱਕ ਹੀ ਆਏ ਗੱਲ, ਉਹ ਛੇਰ ਮੇਰੇ ਅੱਖ ਨਹੀਂ ਲੱਗਦੀ। ਮੇਰਾ ਪੁੱਤਰ ਇੱਕ ਟਾਈਮ ਅਛੋਰਾ ਕੀ ਆਣਾ ਅੱਬਾ। ਉਹ ਨਦੀਮ ਅਬਾਸ ਕਿਸੇ ਕੋਲ ਕਿਸੇ ਵੇਲੇ ਪਿਓ ਕੋਲ ਹੀ ਬਹਿ ਰਿਹਾ ਕਾ। ਸਾਰਾ ਕਿਤੇ ਗਈ? ਉਹ ਕਮਰੇ 'ਚ। ਚਲੋ ਮੈਂ ਸਾਰਾ ਨੂੰ ਪੁੱਛ ਲਵਾਂ, ਰੋਟੀ ਪਕਾਈ ਸੀ ਹੁਣ ਰੋਟੀ ਆਖਣੀ, ਮੈਂ ਰੋਟੀ ਖਾ ਲਵਾਂ। ਕਮਾਲ ਨਾ ਸਾਰਾ ਗੱਲ ਸੁਣਦੀ ਹੈ ਮੇਰੀ ਅਤੇ ਨਾ ਆਏ ਮੇਰਾ ਪੁੱਤਰ ਸੁਣਦੇ, ਵੇਖੇ ਨਾ ਇਹ ਪੁੱਤਰ ਹੀ ਮੇਰਾ। ਬੈਠਾ ਪਿਓ ਬਚੜਾ ਕਿਤੇ ਗਿਆ? ਆਏ ਮੈਂ ਬਾਹਰ ਗਿਆ ਫਿਰ ਐਂਟਰ ਹੋਣਾ ਘਰ, ਬਾਹਰ ਬਾਹਰ ਕੇ ਥੱਕ ਜਾਂਦਾ, ਬਾਹਰ ਗਿਆ ਤਾਂ ਕਿਸੇ ਸੋਟਾ ਚਾਲ ਹੈ ਮੇਰਾ। ਮੇਰਾ ਪੁੱਤਰ ਕੋਲੇ ਰੱਖਿਆ ਕਰ, ਤੈਨੂੰ ਜੋ ਪਤਾ ਵੀ ਮੈਂ ਨਵਾਂ ਬਣਾਇਆ ਅਗਲਾ ਮਾਸ ਤਾਂ ਕਿਸੇ ਚਾਲ ਹੈ ਤੇ ਸੁਣਾ ਤਬੀਅਤ ਦੀ। ਤਬੀਅਤ ਕੀ ਹੈ ਮੇਰਾ ਪੁੱਤ? ਨਦੀਮ ਦੀ ਸਵਾਣੀ ਨੂੰ ਬੁਲਾਇਆ, ਮੈਂ ਕਿਹਾ ਮੇਰੀ ਧੀ ਹੋਰ ਆ ਮੈਨੂੰ ਪਾਣੀ ਦੇ, ਉਸ ਆਖਿਆ ਕੋਈ ਨਾ ਰਿਮਸ਼ਾ ਤੁਲਾ। ਤੇ ਅੱਬਾ ਤੂੰ ਇਹਨੂੰ ਆਖਿਆ ਕਰ ਰੇ ਕਿਸ ਕਾਣੇ? ਮੁੜ ਨਦੀਮ ਨੂੰ ਆਖਿਆ ਦੋ ਮਿੰਟ ਮੇਰਾ ਪੁੱਤਰ ਮੇਰੇ ਕੋਲ ਹੀ ਬਾਰੋ, ਆਖੇ ਅੱਬਾ ਸਿਰ ਨਾ ਖਾ। ਆਏ ਹਾਲਾਤ ਰਹਿ ਗਏ, ਜਵਾਨ ਔਲਾਦ ਹੋਣ ਹੋ ਗਈ ਹੈ, ਇਹਨਾਂ ਨੂੰ ਜਵਾਨ ਕੀਤਾ ਹੱਟ ਕੇ ਉਹ ਨਕਤ ਲੜੇ ਖਲੋਤੇ। ਅੱਬਾ ਤੂੰ ਪਰੇਸ਼ਾਨ ਨਾ ਹੋਇਆ ਕਰੋ, ਕੀ ਇਹ ਮੈਂ ਮੁਥਾ ਜਾਂ ਤਾਂ ਮੈਂ ਆ ਨਹੀਂ, ਮੈਂ ਤੇਰੇ ਨਾਲ ਆ ਪਿਓ। ਤੂੰ ਹੁੰਦੋ ਨਦੀਮ ਤੇ ਨਦੀਮ ਹੁੰਦਾ ਤੂੰ, ਮੁੜ ਆਈ ਚੱਸ। ਚਲ ਕੋਈ ਨਹੀਂ ਪਿਓ, ਪਰੇਸ਼ਾਨ ਨਾ ਹੋਇਆ ਕਰੋ, ਜਾਣੇ ਬਿਰਾ ਹੈ। ਚਲੋ ਤੇਰੀ ਉਹ ਨਹੀਂ ਕਰਿੰਦਾ ਨਾ, ਮੈਂ ਹਾਂ ਨਹੀਂ। ਆ ਤੇਰੀ ਨੋ ਜਿਹੜੀ ਚੰਨਾ ਤੇ ਤਾਰਿਆਂ ਵਰਗੀ ਬਹੁਤ ਚੰਗੀ ਹੈ, ਬਹੁਤ ਚੰਗੀ ਹੈ, ਜਿਤਨੀ ਆਖਾਂ ਉਤਨੀ ਥੋੜੀ। ਮੈਂ ਪਹਿਲੇ ਵੀ ਕਿਹਾ ਕਿ ਜਿਹੜਾ ਵੀ ਕੰਮ ਨਾ ਮੈਨੂੰ ਦੱਸਿਆ ਕਰੋ, ਕੋਈ ਵੀ ਕੰਮ ਹੋ ਮੈਨੂੰ ਆਖਿਆ ਕਰੋ। ਬਾਕੀ ਗੱਲ ਇੰਜ ਰਿਮਸ਼ਾ, ਮੇਰੇ ਪਿਓ ਦੀ ਖਿਦਮਤ ਕਰੇ ਸੀ ਗਈ ਨਾ ਤੇ ਤੈਨੂੰ ਬਹੁਤ ਵਜਾ ਦਿਸੀ ਗਿਆ। ਬਿਲਕੁਲ ਮੈਂ ਕਿਉਂ ਨਹੀਂ ਕਰਨੀ। ਹਾਂ ਦੂਆ ਬਿਰਾ ਤਾਂ ਹੀ ਮੇਰਾ ਕੋਈ ਨਾ ਕਿਸੇ ਕੰਮ ਦਾ, ਬਸ ਉਹ ਹੈ ਉਹ ਹੀ ਰਨ ਮੁਰੀਦ ਹੋ ਖਤਮ ਹੈ। ਤੂੰ ਪਿਓ ਦੀ ਇੱਜ਼ਤ ਕਰੇ ਸੀ ਗਈ ਤੇ ਤੇਰੀ ਵੇਖੀ ਕਿਤਨੀ ਇੱਜ਼ਤ ਮੇਰੇ ਪਿਓ ਕਰਿੰਦਾ ਹੈ। ਤੇ ਅੱਬਾ ਤੂੰ ਪਰੇਸ਼ਾਨ ਨਾ ਹੋਇਆ ਕਰੋ, ਘਰ ਦਾ ਤੇਰਾ ਸਾਰਾ ਕੱਪੜਾ ਜੁੱਤੀ ਜਿਹੜੀ ਹੈ ਉਹ ਕਰਿੰਦੀ ਹੈ ਅਤੇ ਬਾਹਰ ਦਾ ਕੰਮ ਜਿਹੜਾ ਹੈ ਉਹ ਰਾਖ ਰੱਖੇ ਹੋਏ ਨੇ, ਪੱਠਾ ਬਾੜਾ ਉਹ ਕਰ ਲੈਂਦੇ ਨੇ, ਤੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਹੈ? ਪੁੱਤਰ ਮੇਰੀ ਗੱਲ ਸੁਣ, ਮਾਂ ਤੇਰੀ ਗਈ ਮਰ, ਉਹ ਨਾ ਮਰਦੀ ਤਾਂ ਮੈਂ ਕਿਸੇ ਨੂੰ ਆਖਣਾ ਹੀ ਮੈਨੂੰ ਪਾਣੀ ਦਿਓ ਜਾਂ ਮੈਨੂੰ ਟੁੱਕਰ ਦਾ ਗਿਰਾ ਦਿਓ। ਅੱਬਾ ਮਾਂ ਦੀ ਗੱਲ ਨਾ ਕੀਤੀ ਕਰੋ, ਉਹਦੇ ਵਰਗਾ ਤਾਂ ਮੁੜ ਸਾਨੂੰ ਅੱਲਾ ਇਜ਼ਾਦ ਕੇ ਫਰਿਸ਼ਤਾ ਦਿੱਤਾ ਤਾਂ ਗੱਲ ਬਣ ਸੀ ਨਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੇਰਾ ਪੁੱਤਰ ਮਾਵਾਂ ਨੂੰ ਇੰਜ ਵੀ ਲੈਂਦਾ?
तैन तरदी अज किसे नहीं दिती। देखिया करो जेड़ा मां प्यो होंदा ना मां प्यो होंदा बा टाइम तो मुंह झिड़कदा रहना होंदा भला कल कर टाइम ही तो पता नहीं हो की गया उसे नाल बिचारी ना तुसी हर टाइम उन्हें लड़दे रहंदे ए बिचारी है ते और की है ओ बड़ा वड्डा तो वड्डा बाण करया कर हुन तो उनदे पीछे प्यो नाल लड़दा पिया चुप कर तू ना वड्डा बाण मेरा तू ना वड्डा बाण मेरा ओए हुन मैं सिखावणा है नहीं अगे तो तू बड़ा प्यो प्यो करेना है शादी तो पहले ਹੁਣ ਸ਼ਾਦੀ ਹੋ ਗਈ ਤੇ ਹੁਣ ਪਿਓ ਨਹੀਂ ਭੁੱਲ ਗਿਆ ਕੀ ਹੋ ਗਿਆ ਗੁਨਾਹ ਹੋ ਗਿਆ ਸ਼ਾਦੀ ਕਰ ਲਈ ਕਿ ਮੈਂ ਨਹੀਂ ਸ਼ਾਦੀ ਕੀਤੀ ਤੂੰ ਕੀਤੀ ਤੂੰ ਤਾਂ ਬੜਾ ਸਿਆਣਾ ਬਣਨਾ ਆ ਕੇ ਲੁੱਡਾ ਬਾਣ ਖਲੋਨਾ ਹੈ ਦੇਖੇ ਕੰਮ ਤੇ ਤੂੰ ਹੁੰਦਾ ਨਹੀਂ ਸਾਰਾ ਮੈਂ ਹੀ ਕਰਦਾ ਤੂੰ ਕਰਦਾ ਹੈ ਕੰਮ ਸੁਭਾਨ ਅੱਲਾ ਆ ਰੋ ਕੀਤਾ ਸ਼ਰਾ ਸਾਰਾ ਦੇ ਰੋ ਕਰਿੰਦਾ ਉਹ ਬਾਰੂ ਜਿਹੜਾ ਲਿਆ ਕੇ ਉਹਨੇ ਦੇਣੇ ਉਹਦੀ ਖਾਦ ਵੀ ਉਹ ਕਹਿ ਲੈਣਾ ਹੁੰਦਾ ਬੜਾ ਕੰਮ ਹੈ ਇਹ ਖਾਦ ਵੀ ਦਾਲਾ ਬੜਾ ਕੰਮ ਹੈ ਬੜਾ ਬੱਚੀ ਆਈ ਹੈ ਨਾ ਘਰ ਵਿੱਚ ਸ਼ਿਕਾਰ ਪਾ ਛੜੇ ਉਹਦੇ ਆਉਂਦੀਆਂ ਉਹਦੇ ਵੀ ਸ਼ਿਕਾਰ ਪਾ ਲੈਂਦੀਆਂ ਹੈ ਸਾਰਾ ਤਮੀਜ਼ ਕਰ ਮੈਂ ਤਮੀਜ਼ ਹੈ मेरी सास जम्मी हुई है तू तो है रन मरीज ना कोई काम करे ना न खट्टू आ खुशामद करने लग गया सास आई है समाणी नहीं लगा सही है जेड़ा काम चंगा करे ना रन मुरीद हो गया ते जेड़ा रन मुरीद है ओ मरद हो गया डंगर कार को माजी को उनन को पट्ठे पा को ओ काम में ते काम नहीं जनानियां दे तबीदारी करे लग गए बिन पोलियो ना ना होता ते मैं तेरा मुताज किस तोड़ा हा मैं पियो दा भी कर लवां ते मैं माल दा भी कर लवां चुप करे ना छोड़ो मैं शैतान शैतान ही है ते तमीज थी कोई नहीं बड़े बिरान किवें बोले ओ मेरी गाल सुन मैं राख रखे हो तो तू आराम कर खलो मगरू लाओ मेरे फिर तो चाहिए लग के वग गए छू पहले ਖਿਦਮਤ ਦਾ ਮੌਕਾ ਦੇ ਪਿਓ ਦੀ ਖਿਦਮਤ ਕਰ ਜੰਨਤ ਖਰੀਦ ਆ ਵਦੀ ਰਾਈ ਉਹ ਖਿਦਮਤ ਕਰ ਲਈ ਜੇ ਤੂੰ ਕਰ ਲਈ ਬਾਉ ਮੈਂ ਤਾਂ ਆਈ ਹਾਂ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਘਰ ਵਿੱਚ ਮੈਂ ਫਸਾਦ ਤੇ ਗੱਤਣ ਆਈ ਕੋਈ ਨਾ ਮੈਂ ਤੇ ਪਰ ਉਹ ਨਾ ਅੱਛਾ ਨਹੀਂ ਕਰਕੇ ਗਿਆ ਚਲੋ ਮੈਂ ਵਹਿਨੀ ਆ ਘਰ ਮੈਂ ਵਾਤਾਂ ਦਾ ਤੁਹਾਡੇ ਘਰ ਨਹੀਂ ਆਂਦੀ ਤੂੰ ਆਈ ਕਰ ਘਰ ਹੈ ਤੇਰਾ ਆਪਣਾ ਉਹਨਾਂ ਦਾ ਦਿਲ ਕਰੇ ਤੇ ਘਰ ਰਵੇਂ ਨਹੀਂ ਤੇ ਜਿਹਦੇ ਮਰਜ਼ੀ ਨਾਲ ਜਾਵੇਂ ਪੰਜ ਪਕਾ ਖਾਣ ਮਕਰੂ ਲੈਣ ਮੇਰੇ ਆਵਣ ਨਾਲ ਤੁਹਾਡੇ ਘਰ ਵਿੱਚ ਫਸਾਦ ਪੈ ਵੈਂਦਾ ਕੀ ਫਾਇਦਾ ਪਾਉ ਤੁਹਾਡੇ ਬੂਹੇ ਤੇ ਆਵਣ ਦਾ ਮੇਰੇ ਤਾਂ ਦੀ ਆਈ ਮੈਂ ਤਾਂ ਦੀ ਨੂੰ ਮਿਲਣ ਵਾਸਤੇ ਆਈ ਆ ਤੂੰ ਦੀ ਨੂੰ ਮਿਲਣ ਆਈ ਹੈ ਨਾ ਤੂੰ ਬਾਉ तू महसूस ना करी तेरे हक च ना मैं बैठा ते ना मेरा पुत्र बैठा ते तेरी जेड़ी मां है ना ओदे नाल बड़ी बुरी हुई है ते मैं अपने पुत्र नूं मैं इत्थे वड़े वेड़े वड़ा नहीं देवां नहीं अबू जी तुसी परेशान ना हो मेरी मां नूं पता है पानी पुनी पिवाए मैं मेरा पुत्र आया अपने बेली नूरे को जांदा पिया ओदे नाल मैनूं काम है दूए त्रीए दे दे ज़हन चमदा ते जल्दी कोई नहीं आया पुत्र तू काम कर ला जल्दी कर और चलो मलंगी ए पुत्र तुम्हें इतना जलील है ना कि आखा ओ दिलावर खाना की देहां थियां कोला एक नु सद मरिंदा है दोवें बाज के आंदियां हुन बलदी आग ही नहीं पता नहीं हुन चाह टूटन लगियां पत्ती टूटन लगियां सारा घर छान मरिंदा सवाने दा निजाम उंज ना रहा धीया पर ना बैठो जिंदगी औखी हो गई है पिछला पारा दिलावर खान तेरा औखा हो गया कोई गल नहीं अल्लाह वारिस कदी चंगे दे भी आ जा अस्सलाम वालेकुम चाचा जी क्यों रोंदे पए हो चाचा जी सारा सुना कदी मत क्या ठीक हो तो क्यों रोंदे पए हो कोई नहीं पुत्र रोंदा पिया मैं बस कोई पुरानी गल का याद आ गई कोई नहीं रोंदा परेशान ना हो ठीक हो
ਤੁਸੀਂ ਸੁਣਾਓ ਖੈਰ ਨਾਲ ਆਇਓ ਨਾ ਚਾਹ ਪਕਾਇਦਾ ਪਿਓ ਨਦੀਮ ਪੁੱਤ ਰਾਣ ਆਏ ਸੇ ਜੀ ਬਿਸਮਿਲ੍ਲਾ ਘਾਰੀ ਨੇ ਆਪਣਾ ਰਹੋ ਪਰ ਸੁਲਾ ਸਫਾਈ ਨਾਲ ਤਾਂ ਆਇਓ ਨਾ ਕੋਈ ਲੜਾਈ ਤਾਂ ਨਹੀਂ ਹੋਈ ਛੱਡੋ ਚਾਚਾ ਜੀ ਇਸ ਗੱਲ ਨੂੰ ਬਸ ਤੁਹਾਨੂੰ ਮਿਲਣ ਆਇਆ ਤੁਹਾਡੇ ਕੋਲ ਮਿਲਣ ਆਇਆ ਉਸ ਗੱਲ ਨੂੰ ਤੁਸੀਂ ਛੱਡੋ ਅੱਛਾ ਮੁਰਤਾਲਾ ਮੇਰੀ ਮਦਦ ਕੀਤੀ ਏ ਸਾਰਾ ਬੇਟਾ ਮੁੜ ਰੋਟੀ ਛੋਟੀ ਪਕਾ ਤੇ ਮੁੜ ਚਾਹ ਵੀ ਪਕਾ ਤੇ ਰਲ ਕੇ ਖਸਾ ਪਿਸਾ ਇਹ ਕੀ ਪਿਆਂਦਾ ਅੱਬਾ ਮਿੱਥੋਂ ਪੱਕਦਾ ਹੈ ਕੀ ਹੋਇਆ ਤੈਨੂੰ ਮੈਨੂੰ ਤਾਂ ਵੱਲ ਹੀ ਕੋਈ ਨਹੀਂ ਪਕਾਉਣੇ ਦਾ ਔਰ ਨਾ ਤੁਸੀਂ ਕਿਸੇ ਸਿਖਾਇਆ ਹੈ ਮੈਨੂੰ ਚਲੋ ਜਿਵੇਂ ਹੀ ਆਇਆ ਹੁਣ ਪੈੜਾ ਚੰਗਾ ਪਕਾਉਣਾ ਤਾਂ ਪੁੱਛੀ ਹੁਣ ਕੀ ਕਰੀਏ ਨਦੀਮ ਪੁੱਤਰ ਵੀ ਆਇਆ ਅੱਬੂ ਜੀ ਸਵੰਤ ਪਤਾ ਹੈ ਕਿ ਮੈਂ ਹੁਣ ਤੱਕ ਕਦੀ ਕੰਮ ਵੀ ਨਹੀਂ ਕੀਤਾ ਤੇ ਹੁਣ ਤੁਸੀਂ ਮੈਨੂੰ ਪੈਂਦੇ ਹੋ ਰੋਟੀ ਛੋਟੀ ਪਕਾ ਨਾ ਮੈਨੂੰ ਤੁਸੀਂ ਵੱਲ ਸਿਖਾਇਆ ਨਾ ਮੈਂ ਕੋਈ ਕੰਮ ਕੀਤਾ ਹੈ ਜਿਹੜਾ ਕੰਮ ਮਾਈ ਹੋ ਰਿਮਸ਼ਾ ਕਰਦੀ ਗਈ ਉਹ ਨਹੀਂ ਤੁਸੀਂ ਵੱਲ ਸ਼ਾਇਦ ਸਿਖਾਇਆ ਹੈ ਮੈਂ ਬਣ ਕੇ ਕੱਖ ਵੀ ਕਦੀ ਨਹੀਂ ਦੌਰਾ ਕੀਤਾ ਤੇ ਹੁਣ ਤੁਸੀਂ ਪੈਂਦੇ ਹੋ ਰਾਂਡੀ ਰੋਟੀ ਕਰੇ ਜਾਂ ਚਾਹ ਪਕਾਵਾਂ ਉੱਦੇ ਜਾ ਕੇ ਵਿਕਾਸ਼ਾ ਨੂੰ ਸਿੱਖੀ ਮੈਂ ਉੱਥੇ ਵੀ ਕੋਈ ਨਹੀਂ ਸਿੱਖੀ ਤੁਸੀਂ ਇੰਝ ਕਰੋ ਨੱਬੂ ਜੀ ਆ ਹੋਟਲ ਤੋਂ ਮੰਗਵਾ ਲਓ ਨਦੀਮ ਦੀ ਤੇ ਹੋਣੀ ਬੇਸਤੀ ਹੈ ਖਲੀਏ ਤੇ ਇੰਕਰ ਤੁਸੀਂ ਜਾਓ ਤੇ ਤੁਸੀਂ ਲੈ ਆਓ ਤੇ ਨਦੀਮ ਵਾਸਤੇ ਵੀ ਔਰ ਮੇਰੇ ਵਾਸਤੇ ਵੀ ਰੋਟੀ ਨਾਲ ਤੁਸੀਂ ਵਿਖਾ ਲਵਿਆ ਮੇਰਾ ਪੁੱਤ ਰੋਟੀ ਦੀ ਕਿਹੜੀ ਗੱਲ ਹੈ ਜਿੱਥੋਂ ਆਖੋ ਮੈਂ ਲੈ ਆਉਂਦਾ ਫਿਰ ਗਾਰ ਵਿੱਚ ਹਰਸ਼ਾ ਪਈ ਹੈ ਰਲ ਮਿਲ ਕੇ ਚਲੋ ਬਣਾ ਲੈਂਦੇ ਹਾਂ ਮੇਰੀ ਦੀ ਘਰ ਦਾ ਸਾਲਾਂ ਤੁਹਾਨੂੰ ਪਤਾ ਘਰ ਦੀ ਰੋਟੀ ਦਾ ਇੱਕ ਆਪਣਾ ਸਵਾਦ ਹੁੰਦਾ ਉੱਥੇ ਵੀ ਚਾਚਾ ਰਿਮਸ਼ਾਈ ਪਕਾਉਂਦੀ ਹੈ ਨਾ ਤੁਸੀਂ ਸਿਖਾਇਆ ਸਾਰਾ ਕੰਮ ਹੈ ਉੱਥੇ ਜਾ ਨਹੀਂ ਮੈਂ ਘਰ ਤਾਂ ਸਿੱਖ ਕੇ ਕੋਈ ਨਹੀਂ ਆਈ ਮੈਂ ਤੈਨੂੰ ਕੀ ਪਕਾ ਦੇਵਾਂ ਪਿਓ ਸਿਖਾਉਣ ਆਏ ਸਾਰਾ ਤੇ ਪਿਓ ਲੜਦਾ ਮੇਰੇ ਨਾਲ ਰਹਿੰਦਾ ਮੈਂ ਉਹਦਾ ਇੱਦਾਂ ਵੀ ਕੱਖ ਰੱਖੀ ਰੱਖਦਾ ਬਈ ਕੋਈ ਨਹੀਂ ਅਸਾਂ ਕਰਨਾ ਉਹ ਇਸੇ ਤੋਂ ਆਦਨ ਨਾ ਮਾਵਾਂ ਨੂੰ ਤਰਬੀਅਤ ਹੋਣੀ ਚਾਹੀਦੀ ਇਹ ਮਾਵਾਂ ਦੇ ਕੰਮ ਹੁੰਦੇ ਤੇ ਉਹ ਜਿਹੜੀ ਮਾਂ ਆਈ ਬਸ ਨਾ ਮੇਰੇ ਕੋਲ ਸੱਚੀਆਂ ਚਾਚਾ ਇਹਨੂੰ ਤਾਂ ਸਿਖਾਇਆ ਹੀ ਨਹੀਂ ਇਹਨੂੰ ਸਿਖਾਇਆ ਹੁੰਦਾ ਤੇ ਇਹ ਪਕਾ ਕੇ ਖਵਾ ਹੀ ਦੇਵੇ ਨਾ ਮੈਨੂੰ ਪਕਾਉਂਦੀ ਇਹਦੀ ਵਜ੍ਹਾ ਤੂੰ ਮੈਂ ਵੀ ਪਿਓ ਦੇ ਕੋਈ ਗੁਸਤਾਖੀ ਕਰਨ ਦਾ ਬਦਲ ਨਾ ਉਹਨੂੰ ਆ ਨੱਚ ਭਰਾਂ ਚੁੱਪ ਕਰ ਇਹ ਨਹੀਂ ਪਤਾ ਕਿ ਇਹਨੂੰ ਵੱਲ ਦਮਦਾ ਕੋਈ ਨਹੀਂ ਨਾ ਇਹਨੂੰ ਕੱਪੜੇ ਧੋਣ ਦਾ ਨਾ ਇਹਨੂੰ ਸਾਲਣ ਪਕਾਉਣ ਦਾ ਇਹ ਤਾਂ ਚਟਣੀ ਨਹੀਂ ਬਣਾ ਸਕਦੀ ਚਾਚਾ ਮੈਂ ਤੈਨੂੰ ਕੀ ਦੱਸ ਚਾਚਾ ਇਹਨੂੰ ਕੋਈ ਸਿਖਾਇਆ ਹੁੰਦਾ ਤੇ ਇਹਦੇ ਇਹਨਾਂ ਵੇਖਣਾ ਪਾਉਂਦਾ ਯਾਰ ਘੇੜੇ ਦੇ ਨਾ ਵੇਖਣਾ ਪਾਉਂਦਾ ਬੂਹੇ ਤੇ ਟਾਂਟਾਂ ਲਾਉਣੀ ਸ਼ੁਰੂ ਕਰ ਦਿੱਤੀ ਨੇ ਉਹ ਵੀ ਖਪਦੀ ਬੈਠੀ ਹੈ ਜੀ ਮੈਂ ਪਕਾਇਆ ਮੈਨੂੰ ਸਿਖਾਇਆ ਕੋਈ ਨਹੀਂ ਹੈ ਉਸਦੇ ਮੁੜ ਤੂੰ ਕੀ ਕਰਿੰਦਾ ਰਿਹਾ ਤੂੰ ਵੀ ਇੱਥੇ ਆ ਕੇ ਤੇ ਸਾਹਰੇ ਬੂਹੇ ਤੇ ਬੇਹਯਾਈ ਕਰਿੰਦਾ ਬੈਠਾ ਚਾਚਾ ਮੈਂ ਕਿਹੜੀ ਬੇਹਯਾਈ ਕਰਿੰਦਾ ਬਈ ਉਹ ਦੱਸਦਾ ਮੈਂ ਤੇਰੀ ਦੀਦੀ ਦੇ ਕਾਰਨਾਮੇ ਮੈਨੂੰ ਪਕਾਉਣਾ ਹੀ ਕੋਈ ਨਹੀਂ ਆਉਂਦਾ ਇਹਦੇ ਕੱਖ ਉੱਤੇ ਮੈਂ ਰੱਖੇ ਹੋਏ ਨੀ ਪਿਓ ਮੇਰੀ ਬੇਇੱਜ਼ਤੀ ਕਰਿੰਦਾ ਮੈਂ ਅੱਗੇ ਤੈਨੂੰ ਇਹ ਗੱਲ ਦੱਸੀ ਬਈ ਤੁਸੀਂ ਇਹ ਦੱਸੋ ਨਾ ਆਖਰ ਸਾਈ ਨਾਲ ਆਇਓ ਜਾਂ ਲੜ ਕੇ ਆਇਓ ਉਹੀ ਚਾਚਾ ਲੜਾਈ ਰੋਟੀ ਦੀ ਹੈ ਨਾ ਇਹ ਪਕਾ ਕੇ ਕਾਸ਼ਾ ਉਹਨੂੰ ਖਵੈਂਦੀ ਹੈ ਉਹ ਚਾਹ ਮੈਨੂੰ ਉਹ ਪਾਣੀ ਉਹਨੂੰ ਨਹੀਂ ਪਵੈਂਦੀ ਇਹ ਮੈਨੂੰ ਪਤਾ ਹੈ ਹੁਣ ਤੁਸੀਂ ਇੱਥੇ ਹੀ ਰਹਿਣਾ ਜਾਂ ਜਾਵਣਾ ਘਰ ਇੱਥੇ ਰਹਿਣੀ ਆਇਆ ਚਾਚਾ ਹੋਰ ਕੀ ਕਿਤੇ ਅਸੀਂ ਜਾ ਆਖਰ ਸਾਈ ਨਾਲ ਰਹਿਣਾ ਨੇ ਤੇ ਇੱਕ ਅੱਧਾ ਘੰਟਾ ਦੋ ਘੰਟੇ ਰਹੋ ਨਹੀਂ ਤਾਂ ਮੈਨੂੰ ਪਤਾ ਤੁਹਾਡੀ ਜਿਹੜੀ ਜ਼ਬਾਨ ਹੈ ਨਾ ਉਹ ਕੈਂਚੀ ਆ ਰਹੀ ਤੁਹਾਡਾ ਹੀ ਕਸੂਰ ਹੋਣਾ ਤੇ ਜਾ ਕੇ ਮੈਂ ਕਿਵੇਂ ਜਾਵੀ ਆਪਾਂ ਲੜਾਈ ਹੋਈ ਹੁਣ ਉਹਦੇ ਕੋਲ ਨਹੀਂ ਅਸੀਂ ਜਾਣਾ ਮੈਂ ਤੁਹਾਡੇ ਨਾਲ ਜਾ ਕੇ ਤੇ ਉਹਨਾਂ ਦਾ ਰੋਲਾ ਮੁਕਾਬਲਾ ਕਸੂਰ ਤੋਂ ਆਂਦਾ ਜਾਉਣਾ ਮੈਨੂੰ ਬਿਲਕੁਲ ਪਤਾ ਲੱਗ ਗਿਆ ਚਾਚਾ ਇਹ ਤਾਂ ਮੇਰਾ ਹੀ ਕਸੂਰ ਹੈ ਇਹਦੀ ਵਜ੍ਹਾ ਤੇ ਮੇਰਾ ਇਹਦੇ ਵੀ ਮੇਰਾ ਹੈ ਇਹਦੀ ਵਜ੍ਹਾ ਤੇ ਨਿੱਕਾ ਵਿਰਾਜ ਮੈਨੂੰ ਕੋ ਬੋਲਣ ਲੱਗ ਗਿਆ ਪਿਓ ਨਾਲ ਮੈਂ ਗੁੱਸਾ ਕੀ ਕਰੇ ਨਾ ਮੈਂ ਹੁਣ ਇੱਥੇ ਰਹਿਣਾ ਮੈਂ ਆਪੇ ਪਕਾਈ ਰੱਖ ਸਕਦਾ ਤੇ ਖਵਾਈ ਰੱਖ ਸਕਦਾ ਟੈਨਸ਼ਨ ਨਾ ਤੇ ਲੋ ਆਪਣਾ ਘਰੇ ਬਾਨ ਨਾ ਵਿਖਿਆ ਆਪਣਾ ਕਈ ਤੁਹਾਡੇ ਲਈ ਪਈ ਹੋ ਸੀ ਤੇ ਉਹਨਾਂ ਕੋ ਜਨਾਬ ਤੁਹਾਨੂੰ ਕੀਤਾ ਹੈ ਨਾ ਚਾਚਾ ਮੈਨੂੰ ਇਹ ਦੱਸ ਕਿਹੜੀ ਸ਼ਾਇਦੀ ਪਈ ਹੋ ਮੈਨੂੰ ਪਿਆਰੀ ਤੇਰੇ ਨਾਲ ਲੜਨਾ ਪਿਓ ਨਾਲ ਲੜ ਪਾਉਂਦਾ ਤੇਰੀ ਵਜ੍ਹਾ ਤੂੰ ਵੀਰਾ ਨਾਲ ਲੜ ਪਾਉਂਦਾ ਤੇਰੀ ਵਜ੍ਹਾ ਤੂੰ ਰਿਮਸ਼ਾ ਨਾਲ ਐਡੀ ਚੰਗੀ ਹੈ ਉਹਦੇ ਨਾਲ ਲੜ ਪਾਉਂਦਾ ਤੇਰੀ ਵਜ੍ਹਾ ਤੂੰ ਹੁਣ ਤੂੰ ਮੈਨੂੰ ਪਿਆਰੀ ਭੈੜਾ ਹੋ ਗਿਆ ਮੈਂ ਨਾਲ ਲੜਦਾ ਚੁੱਪ ਬੈਠਣ ਦੇ ਬੇਇੱਜ਼ਤੀ ਮੇਰੀ ਕਰਦੇ ਰਹਿੰਦੇ ਨਾਲ ਪਾਉਂਦਾ ਐਡੀ ਚੰਗੀ ਤੂੰ ਕੋਈ ਨੂੰ ਮੈਨੂੰ ਸੱਦੀ ਤੇ ਮੈਂ ਆ ਜਾਸਾ ਨਾ ਇਹਨੂੰ ਪਕਾਉਣਾ ਆਉਂਦਾ ਇਹਦੀ ਵਜ੍ਹਾ ਤੂੰ ਗੁਸਤਾਖ ਮੈਂ ਹੋਇਆ ਆਪਣੇ ਪਿਓ ਦੇ ਅੱਗੇ ਮੈਂ ਬੋਲ ਪਾਉਂਦਾ ਵਿਰਾਹ ਛੋਟਾ ਐਡਾ ਚੰਗਾ ਹੈ ਉਹ ਲੱਤ ਤੂੰ ਮੁਛਾ ਜੇ ਵਿਚਾਰਾ ਉਸ ਨਾਲ ਮੈਂ ਲੜ ਪਿਆ ਰਿਮਸ਼ਾ ਨਾਲ ਮੈਂ ਲੜ ਪਿਆ ਇਹਦੀ ਵਜ੍ਹਾ ਤੂੰ ਮੈਂ ਸਾਰੇ ਘਰ ਵਾਲਿਆਂ ਕੋਲ ਬੁਰਾ ਹੋਇਆ ਵਾ ਤੇ ਇਹਨੂੰ ਸਿਖਾ ਕੁਝ ਕੋਈ ਕੁਝ ਵੀ ਨੂੰ ਆਉਂਦਾ ਇਹਨੂੰ ਪਕਾਉਣਾ ਵੀ ਨੂੰ ਆਉਂਦਾ ਇਹ ਤਾਂ ਚੱਜ ਨਾਲ ਪਾਣੀ ਵੀ ਨੂੰ ਪਿਵਾ ਸਕਦੀ ਮੇਰੀ ਦੀ ਲਾਡ ਪਿਆਰ ਦਾ ਇਹ ਮਤਲਬ ਨਹੀਂ ਹੈ ਵੀ ਤੈਨੂੰ ਆਦਾ ਮੇਰਾ ਪੁੱਤਰ ਪਰਾਏ ਘਰ ਜਾ ਕੇ ਤਾਨੇ ਸੁਣਨੇ ਪੈਂਦੇ ਕੋਈ ਆਟਾ ਚੁੱਕੋ ਰੋਟੀ ਦਾ ਕੋਈ ਸਿੱਖ ਲਾ ਕੋਈ ਹਾਂਜੀ ਚਾਹ ਵੀ ਤੈਨੂੰ ਮੇਰਾ ਪੁੱਤ ਕਰ ਦਿੰਦਾ ਸਾਰਾ ਰਿਮਸ਼ਾ ਕਰਦੀ ਹੈ ਮੈਂ ਉਹ ਹੀ ਪਕੈਂਦੀ ਹੈ ਰਿਮਸ਼ਾ ਵੀ ਨਾ ਮੈਂ ਕਦੀ ਉਹਨ ਵੇਖਿਆ ਹੀ ਤੇ ਨਾ ਉਹਨ ਕੋ ਕਦੀ ਬੈਠੀ ਗਾਸੂ ਤਾਂ ਜੂ ਮੈਂ ਸੋਨ ਭੈੜੀ ਲੱਗਦੀ ਪਈ ਆ
ਪੈੜੀ ਲੱਗਣ ਦੀ ਕਿਹੜੀ ਗੱਲ ਹੁਣ ਦਾ ਮਤਲਬ ਇਹ ਨਹੀਂ ਹੁਣ ਤੁਸੀਂ ਪਰ ਨਾ ਛੱਡਿਆ ਤੂੰ ਤੁਸੀਂ ਮੈਨੂੰ ਵੱਲ ਸਿਖਾਓ ਅੱਗੇ ਸਿਖਾ ਲਵਾ ਵੱਲ ਲੋ ਅੱਜ ਵੀ ਹੋਆ ਮੇਰੀ ਧੀ ਹੈ ਅੱਜ ਵੀ ਮੇਰੇ ਅੰਦਰ ਪਿਆਰ ਹੈ ਸ਼ਰੀਰ ਇਕੱਲਾ ਪਿਆ ਕਰਨ ਦਾ ਮੈਂ ਤੇ ਇਸ ਤੋਂ ਪਿਆ ਨਾ ਵੀ ਬੰਦਾ ਵੇਖ ਕੇ ਕਸ਼ਾ ਸਿੱਖ ਲੈਂਦਾ ਅੱਗੇ ਹੀ ਗਏ ਤਰਬੀਆ ਦੇਣੀ ਆਏ ਨਾ ਹੁਣ ਸਾਨੂੰ ਤਰਬੀਆ ਯਾਦ ਆ ਗਈ ਆਪਾਂ ਕਿਹੜੇ ਰਿੰਨਾਂ ਦੀ ਬਿਲਕੁਲ ਤੂੰ ਸਹੀ ਆਦੀ ਪਈ ਬਿਲਕੁਲ ਠੀਕ ਆਦੀ ਪਈ ਮੈਂ ਲਾਡ ਪਿਆਰ ਕਰਕੇ ਨਾ ਔਰ ਵੇਖ ਆਪਣੇ ਪੈਰਾਂ ਤੇ ਆਪ ਕੁਆੜੀਆਂ ਮਾਰੀਆਂ ਆਦਮ ਜੀ ਇਹਦੇ ਨਾਲ ਢੇਰ ਲਾਡ ਪਿਆਰ ਕਰੋ ਨਾ ਉਹ ਨੱਕ ਤੇ ਲੜਦਾ ਉਹ ਨੱਕ ਤੇ ਲੜਦਾ ਅੱਜ ਹੁਣ ਤੁਸੀਂ ਨਾ ਗੱਲਾਂ ਕਰਨ ਲੱਗ ਪਏ ਹੋ ਅੱਗੇ ਸਾਨੂੰ ਕੋਈ ਨਹੀਂ ਦਿਸਦਾ ਪਿਆ ਆ ਸਾਡੀ ਤਰਬੀਗਾ ਤਾਂ ਆ ਗਈ ਹੈ ਮੈਂ ਇਸ ਘਰ ਨੂੰ ਰਾਣਾ ਵੀ ਕੋਈ ਨਹੀਂ ਮੈਂ ਆਪਣੇ ਘਰ ਬੱਗੀ ਵੈਂਦੀਆਂ ਨਾ ਤਾਂ ਉੱਥੇ ਮੈਂ ਸਿੱਖ ਸਾਂ ਗਈ ਆ ਸਾਡੇ ਲੈਕਚਰ ਸ਼ੁਰੂ ਹੋ ਗਏ ਨੂੰ ਸਿਖਾਣੇ ਵਾਲੇ ਤਮੀਜ਼ ਨਾਲ ਬੋਲ ਮੈਂ ਪਿਓ ਹਾਂ ਤੇਰਾ ਧੀ ਹੈ ਮੇਰੀ ਤੂੰ ਮੈਂ ਤੇਰੇ ਨਾਲ ਲਾਡ ਪਿਆਰ ਕੀਤਾ ਹੈ ਕਹਿੰਦਾ ਇਸ ਲਈ ਮਿਲਣ ਨਹੀਂ ਪਈ ਮੇਰੇ ਨਾਲ ਬਦਤਮੀਜ਼ ਕਰਨ ਲੱਗ ਗਈ ਗੁਸਤਾਖ ਹੋ ਗਈ ਹੈ ਤੂੰ ਕੋਈ ਨਹੀਂ ਅਹਿਸਾਨ ਕੀਤਾ ਧੀ ਆ ਸੁਲਾਡ ਪਿਆਰ ਤੁਸੀਂ ਕਰ ਲਿਆ ਤੇ ਮੈਂ ਜਾਣਦੀ ਪਈ ਹਾਂ ਉਹਨੇ ਨਾ ਰੱਖਿਆ ਨਾ ਤੇ ਮੁੜ ਮੈਂ ਵੇਖ ਲਈ ਸਾਂ ਕਿ ਉਹਨਾਂ ਵੀ ਘਰ ਛੱਡਿਆ ਤੇਰੇ ਵਾਲੋ ਵੀ ਮੈਨੂੰ ਇਸ ਘਰ ਰਹਿਣਾ ਵੀ ਕੋਈ ਨਹੀਂ ਦੇਖੋ ਯਾਰ ਕੀ ਜ਼ਮਾਨਾ ਆ ਗਿਆ ਜਾਂਦੀ ਪਈ ਆ ਧੀ ਹੋ ਕੇ ਟਾਂਟਾ ਲੈਂਦੀ ਪਈ ਆ ਮੈਂ ਕੋਈ ਜੁਰਮ ਕੀਤਾ ਦਿਲਾਵਰ ਖਾਨ ਤੇਰੇ ਨਾਲ ਇੰਝ ਹੀ ਹੋਣੀ ਚਾਹੀਦੀ ਆ ਹਰ ਕੋਈ ਯਾਦ ਆਈ ਤੂੰ ਪੋਤਰ ਬਣਾ ਕੇ ਧੀਆਂ ਨੂੰ ਪਲੈਂਦਾ ਪਿਆ ਇਹਨਾਂ ਨੂੰ ਕੋਈ ਥੋੜਾ ਬਹੁਤਾ ਕੋਈ ਸਿਲਾਈ ਕਢਾਈ ਕੋਈ ਕੋਈ ਆਟਾ ਟੁੱਕਰ ਸਿਖਾ ਮੈਂ ਆਦਮ ਨਹੀਂ ਨਹੀਂ ਅੱਜ ਜਿਹੜੀ ਬੁਲੈਂਦੀ ਆ ਉਹ ਬੁਲੈਂਦੀ ਆ ਉੱਥੋਂ ਬੁਲੈ ਏਡੀ ਗੁਸਤਾਖੀ ਯਾ ਅੱਲਾ ਚੱਲ ਕਿਸੇ ਨਾਲ ਲਾਡ ਪਿਆਰ ਕੋਈ ਨਾ ਕਰੇ ਉਹ ਮੌਲਾ ਅਲੀ ਦਾ ਫਰਮਾਨ ਨਾ ਕਿ ਜਿਸ ਤੇ ਇਹਸਾਨ ਕਰੋ ਉਹਦੇ ਸ਼ਰ ਤੋਂ ਮਹਿਫੂਜ਼ ਰਹੋ ਮੈਂ ਅੱਜ ਸ਼ਰ ਦੇ ਵਿੱਚ ਆ ਮੇਰੇ ਮੌਲਾ ਕੀ ਜ਼ਮਾਨਾ ਆ ਗਿਆ ਬੰਦਾ ਕਿਸੇ ਨਾਲ ਤਾਂ ਇਹਸਾਨ ਕਰੇ ਹੀ ਨਾ ਪਿਆਰ ਕਰੇ ਹੀ ਨਾ ਕਿਉਂ ਦੂਣੀਆਂ ਪਿਉਂ ਦੁਖਾਈਆਂ ਹੋਈਆਂ ਤੇ ਕੱਲਾ ਕੱਲਾ ਬੈਠਾ ਪਰੇਸ਼ਾਨ ਪਰੇਸ਼ਾਨ ਕਿਉਂ ਹੋਇਆ ਜੀ ਤੈਨੂੰ ਕੀ ਲੱਗੇ ਕੀ ਕੀ ਨਹੀਂ ਮੈਨੂੰ ਬੜਾ ਕੁਝ ਲੱਗਦਾ ਹੈ ਇਹ ਤੇਰੀ ਸੋਚ ਮੈਨੂੰ ਕੁਝ ਨਹੀਂ ਆਉਂਦਾ ਤੂੰ ਠੀਕ ਆ ਦੀ ਤੂੰ ਠੀਕ ਆ ਦੀ ਉਹ ਦੀਨ ਕੁਤਰ ਦੀ ਆ ਤੇ ਮੈਂ ਹੀ ਲਾਡ ਪਿਆਰ ਕਰਕੇ ਆਪਣੇ ਪਾਦ ਪੈਰ ਵੱਡੇ ਨਾ ਰਹੇ ਅੱਜ ਆਈਏ ਤੂੰ ਤਾਨੇ ਮਿਲੇ ਸੋ ਇੱਥੇ ਆ ਕੇ ਮੈਨੂੰ ਵੀ ਸੁਣਾ ਗਈ ਗੁਸਤਾਖ ਹੋ ਕੇ ਚਲੀ ਗਈ ਤੂੰ ਆਪਣੀ ਧੀ ਨੂੰ ਤਰਬੀਅਤ ਦਿੱਤੀ ਉਹਦੀ ਇੱਥੇ ਹੀ ਸਾਥ ਇਹਦੀ ਤਾਂ ਬਿਸਤੀ ਉੱਤੇ ਵੀ ਉਸਦੀ ਪਈ ਅਤੇ ਮੇਰੀ ਵੀ ਉੱਤੇ ਬਿਸਤੀ ਕਰਾ ਕੇ ਲੋ ਦਿੱਤੇ ਆ ਕੇ ਮੈਨੂੰ ਵੀ ਤੂੰ ਠੀਕ ਆ ਦੀ ਹੋ ਮੈਂ ਗਲਤ ਕਿਉਂ ਦਿਲਾਵਰ ਮੇਰੇ ਕੋਲ ਮਾਫ਼ੀ ਨਾ ਮੰਗ ਤੂੰ ਮੇਰਾ ਘਰ ਵਾਲਾ ਮਿਜਾਜੀ ਖੁਦਾ ਹੈ ਤੇਰੇ ਇਹ ਹੱਕ ਨਹੀਂ ਮੰਨਦਾ ਮੇਰੇ ਕੋਲ ਮਾਫ਼ੀ ਮੰਗਣ ਦਾ ਦਿਲਾਵਰ ਤੂੰ ਪਰੇਸ਼ਾਨ ਨਾ ਹੋ ਹੁਣ ਮੈਂ ਤੇਰੇ ਨਾਲ ਆ ਮੈਂ ਤੈਨੂੰ ਕਿਤੇ ਛੱਡ ਕੇ ਨਹੀਂ ਜਾਂਦੀ ਬਸ ਤੂੰ ਆ ਗਈ ਹੈ ਨਾ ਮੈਨੂੰ ਆਸਰੇ ਨਾਲ ਉਡਾ ਮੈਂ ਉਹਦੇ ਕੋਲ ਵੀ ਜਾ ਕੇ ਮਾਫ਼ੀ ਮੰਗਣੀ ਚਲੋ ਠੀਕ ਖੜਾ ਮੈਨੂੰ ਸ਼ਾਇਦ ਤੁਹਾਡੀਆਂ ਬਦਦੁਆਵਾਂ ਲੱਗ ਗਈ ਮੇਰਾ ਦਿਲ
ਪੀੜ ਹੀ ਨਹੀਂ ਖਤਮ ਹੁੰਦੀ। बड़ी का छी अपने निके विराम जिड़े के लिए वजह मुड़ मुंह चाह के आ गई जड गत्ते हैं प्यो वाल। मेरा पुत्र हौसला किया कर, ये मेरी धी है, अल्लाह खैर करे घर वधिए सही हो जासी। बड़ी ठीक है दिलावर खान, की हाल है? बस ठीक है। क्या हाल है? क्या हाल है बाबू? ठीक हो? अल्लाह का शुक्र। क्या हाल है? ठीक ठाक। दिलावर इधर आओ बाबू। दिलावर इधर आओ भाई। आपको तबीयत घटी हो, ये की गल है? कोई नहीं, करा मैं अल्लाह का खैर। तू सुना? शुक्र अल्हम्दुलिल्लाह। बड़ा दिल कटिया भाई, मेहरबानी है तेरी। कोई गल नहीं, पानी जितनी डांगा मरीवे पानी को अलग अलग था नहीं ना। कोई ना कोई ना कोई खून दे रिश्ते किदे। बिल्कुल जी बिल्कुल, ये गल तेरी सही है। पर बिरावा हेक तेरे में दसाऊं, सारा धी बहुत चंगी है, लेकिन जेडी रिमशा धी है ना, सुभान अल्लाह क्या बात तो है। कि रिमशा कोई खिदमत करें दी है मेरी? रिमशा, ओ पुत्र रिमशा, और आ मेरा बछड़ा, आ कौन आया बैठा? तेरा प्यो आया बैठा है। कमली दी पानी पीना ले? नहीं, पानी छानी से पी के आया बस। रिमशा, मेरी दी अबू जी आ गए। आ गए अबू जी। की रोला मसला, कितने मेरी आके दूर ही कर दे, उत्ते चढ़ दी अम्बी जिस टाइम गरम। रिमशा पोत्र, प्यो तू हाथ फेरा, प्यो तेरा मिलने आया है। नहीं अबू जी, मारन गे मेनू। प्यो ने लेने आ सी नु अल्लाह को। जा मेरा पुत्र, नु मिलो ना, क्यों मारना है? मेरी दी, मेनू माफ कर दे। मेरी दी, मैं तेरे नाल बड़े जुल्म कीते, मैं तेरे नाल बड़ी बेइंसाफी की थी, मैं माफी मांगना है। मेरी माफ कर दे अबू जी, मैं तो माफी ना मांगो। मेरी दी प्यारी अबू जी, मैं तो तुहाडे प्यार नूं तरसदी रह गई कि तुसी कदे मैनूं बुलाओगे। मैं दी कोल बैठ, मेरे नाल मेरी आदि ठंड रख सकूं। मेरी दी रिमशा, अबू जी मैं तो तुहाडे प्यार नूं तरस गई कि कदी तुसी मैनूं प्यार नाल बुलाओगे, अपने कोल बहाओगे। तेरी मियां मेरी धी इधर आ मेरे कोल बहो। मेरी लाडली दी, मेरी सोनी दी। नींद नहीं आ गई लड़ी सुन के? नहीं। लेकिन कदी तुसी मैनूं नहीं बुलाया, ਤਾਨੂੰ ਦਰਿਮਸ਼ਾ ਨਾ ਨਾਲ ਹੀ ਇੰਨੀ ਨਫ਼ਰਤ ਹੈ। ਮੈਂ ਬੜਾ ਸ਼ਰਮਿੰਦਾ ਮੇਰੀ ਦੀ, ਮੈਂ ਜਿਨ੍ਹਾਂ ਨੂੰ ਲਾਡ ਪਿਆਰ ਦਿੱਤਾ ਮੈਨੂੰ ਉਹ ਥੋਪਦਾ ਪੈ ਰਿਹਾ, ਤੂੰ ਅੱਜ ਮੋੜੀ ਸੀ ਮੇਰੇ ਨਾਲ। ਮੈਨੂੰ ਆਪਣੀਆਂ ਕੀਤੀਆਂ ਦਾ ਬੜਾ ਅਫਸੋਸ ਹੈ, ਮੈਨੂੰ ਮਾਫ਼ ਕਰ ਦੇ। ਨਹੀਂ ਅੱਬੂ ਜੀ, ਮੇਰੇ ਕੋਲੋਂ ਮਾਫ਼ੀ ਨਾ ਮੰਗੋ, ਬਸ ਮੈਂ ਇਹ ਚਾਹੁੰਦੀ ਸੀ ਅੱਜ ਤੁਸੀਂ ਮੈਨੂੰ ਆਪਣੇ ਸੀਨੇ ਨਾਲ ਲਾਇਆ। ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਮੈਨੂੰ ਆਪਣਾ ਪਿਓ ਮਿਲ ਗਿਆ। ਤੂੰ ਮੈਨੂੰ ਮਾਫ਼ ਕਰ ਦਿੱਤਾ ਨਾ ਅੱਬੂ? ਨਹੀਂ, ਤੇਰੀ ਮਾਂ ਵੀ ਮੈਨੂੰ ਮਾਫ਼ ਕਰ ਦਿੱਤਾ, ਤੂੰ ਵੀ ਮਾਫ਼ ਕਰ ਦੇ, ਅੱਲਾ ਵੀ ਮੈਨੂੰ ਮਾਫ਼ ਕਰ ਦੇ। ਅੱਬੂ ਜੀ ਮੈਂ ਤੁਹਾਡੇ ਕੋਲ ਨਾਰਾਜ਼ ਨਹੀਂ। ਮੇਰੀ ਧੀ ਰਿਮਸ਼ਾ, ਅੱਬੂ ਜੀ ਮੇਰੇ ਤੋਂ ਮਾਫ਼ੀ ਮੰਗ ਕੇ ਮੈਨੂੰ ਗੁਨਾਹਗਾਰ ਨਾ ਕਰੋ। ਮੈਂ ਬੜਾ ਭੁੱਲੀ ਪਿਆ ਰਿਹਾ। ਬਸ ਕਰੋ ਅੱਬੂ ਜੀ, ਹੱਦ ਹੀ ਹੋ ਗਈ ਹੈ। ਆਪਣੀ ਉਮਰ ਵੇਖੋ ਔਰ ਆਪਣੇ ਕੰਮ ਵੇਖੋ। ਤੁਸੀਂ ਕੀ ਉਸ ਦੋ ਰੋ ਕੇ ਗੱਲਾਂ ਕਰ ਲਈਆਂ ਤੇ ਤੁਸੀਂ ਬੜੀਆਂ ਮਾਫੀਆਂ ਮੰਗਣ ਲੱਗ ਪਏ? ਅੱਗੇ ਸਾਰਾ ਸਾਰਾ ਆਉਂਦੀ ਆਈ ਤੇ ਅੱਜ ਰਿਮਸ਼ਾ ਵੀ ਆਉਂਦੀ ਹੈ। ਤੇਰੇ ਤਮੀਜ਼ ਕੋਈ ਨਹੀਂ? ਹਾਂ ਮੇਰੇ ਵਿੱਚ ਤਮੀਜ਼ ਹੋ। ਬਦਤਮੀਜ਼ ਆ, ਤੇ ਤਮੀਜ਼ ਹੀ ਕੋਈ ਨਹੀਂ ਪਿਓ ਨਾਲ ਗੱਲ ਕਰਨ ਦੀ। ਚੁੱਪ ਕਰ, ਤੈਨ ਸਿਖਾਇਆ ਕਿਸੇ ਨੇ? ਨਦੀਮ ਬਦਤਮੀਜ਼, ਨਦੀਮ ਚੁੱਪ ਕਰ, ਇਹ ਸਾਰਾ ਦਾ ਕਸੂਰ ਨਹੀਂ, ਇਹ ਸਾਰਾ ਮੇਰਾ ਕਸੂਰ ਹੈ। ਜਦੋਂ ਮੇਰੇ ਕੋਲ ਆਉਂਦੀ ਆਈ ਤੇ ਮੈਂ ਇਸ ਨੂੰ ਲਾਡ ਪਿਆਰ ਇਤਨਾ ਕੀਤਾ, ਕੋਈ ਜਿਹੜੀ ਕਹਿੰਦਾ ਖਬਰਦਾਰ, ਮੇਰੀ ਸਾਰਾ ਦਿਨ ਨੂੰ ਕੋਈ ਮੇਰੀ ਅੱਖ ਨਾਲ ਲਵੇ ਕੇ
ਮੈਨੂੰ ਕੋਈ ਕੰਮ ਨਹੀਂ ਸੀ ਸਿਖਾਇਆ, ਮੈਂ ਇਹਦੇ ਨਾਲ ਜ਼ਿਆਦਤੀਆਂ ਕੀਤੀਆਂ, ਉਹਨੂੰ ਮੈਂ ਸਪੈਸ਼ਲ ਚੀਜ਼ਾਂ ਲਿਆ ਕੇ ਖਵਾਉਂਦਾ, ਉਹਨੂੰ ਹਾਂ ਨਾਲ ਰੱਖਿਆ, ਉਹਨੂੰ ਕੋਈ ਕੰਮ ਨਹੀਂ ਕਰਨ ਦਿੱਤਾ, ਇਹਦੀ ਗਲਤੀ ਨਹੀਂ, ਮੇਰੀ ਤਰਬੀਅਤ ਦੀ ਗਲਤੀ ਹੈ, ਮੈਂ ਇਹਨੂੰ ਤਰਬੀਅਤ ਨਹੀਂ ਦੇ ਸਕਿਆ, ਲਾਡ ਪਿਆਰ ਚੰਨ ਵੀ ਵਜਾ ਦਿੱਤਾ, ਅੱਜ ਮੈਂ ਵੀ ਇਹਦਾ ਨੁਕਸਾਨ ਉਠਾ ਰਿਹਾ, ਮੇਰੀ ਇਹ ਗਲਤੀ ਹੈ, ਲੈ ਮੈਂ ਹੀ ਭੁਗਤ ਰਿਹਾ, ਸਾਰਾ ਦੀ ਦਾ ਕੋਈ ਕਸੂਰ ਨਹੀਂ। ਸਾਰਾ ਦੀ, ਮੈਂ ਵੀ ਤੇਰੇ ਪਿਓ ਆ ਰਹਿੰਦਾ, ਮੈਂ ਤੇਰਾ ਪਿਓ ਆ, ਆਪਣੇ ਪਿਓ ਤੂੰ ਮਾਫ਼ੀ ਮੰਗ, ਆਪਣੇ ਪਿਓ ਤੂੰ ਮਾਫ਼ੀ ਮੰਗ ਮੇਰਾ ਪੁੱਤ, ਤੇਰਾ ਆਪਣਾ ਘਰ ਹੈ ਮੇਰਾ ਪੁੱਤ, ਆਪਣੇ ਪਿਓ ਤੂੰ ਮਾਫ਼ੀ ਮੰਗ, ਆਪਣੇ ਪਿਓ ਤੂੰ ਮਾਫ਼ੀ ਮੰਗ, ਜੇ ਵੀ ਕੁਝ ਨਹੀਂ ਵਿਗੜਿਆ ਮੈਂ ਮਾਫ਼ੀ, ਪਿਓ ਤੂੰ ਮਾਫ਼ੀ ਮੰਗ ਲਾ, ਕੁਝ ਮੈਂ ਆਪਣਾ ਘਰ ਵਸਾ ਲਾ, ਮੈਨੂੰ ਮਾਫ਼ੀ ਮੰਗ ਆਪਣੇ ਪਿਓ ਤੂੰ, ਮੇਰਾ ਪੁੱਤਰ ਮਾਫ਼ੀ ਮੰਗ ਲਾ, ਪਿਓ ਤੂੰ ਅਜੇ ਵੀ ਕੁਝ ਨੂੰ ਗਿਆ, ਮਾਫ਼ੀ ਮੰਗ ਲਾ। ਅੱਬੂ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਪੈਰ ਪੱਤੀ ਹਾਂ। ਨਹੀਂ 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 ਨਹੀਂ, ਤੇਰਾ ਕਸੂਰ ਨਹੀਂ, ਤੇਰਾ ਕਸੂਰ ਨਹੀਂ ਸਾਰਾ, ਤੇਰਾ ਨਹੀਂ ਕਸੂਰ, ਮੇਰਾ ਕਸੂਰ ਹੈ ਸਾਰਾ, ਮੈਂ ਤੈਨੂੰ ਲਾਡ ਪਿਆਰ ਵਿੱਚ ਵਜਾ ਕੇ ਰੱਖ ਦਿੱਤਾ, ਮੰਨ ਲੈਣਾ ਬਾਤ ਨਹੀਂ ਹੁੰਦੀ, ਇਹ ਮੇਰੀ ਗਲਤੀ ਸੀ, ਮੈਂ ਮੰਨ ਲਈਏ, ਮੈਨੂੰ ਮਾਫ਼ ਕਰ ਦਿਓ। अस्सलाम वालेकुम जी, मैं हूँ रिमशा हुसैन, कैसे हैं आप सब लोग, उम्मीद करती हूँ कि आप सब लोग ठीक होंगे। आज की स्टोरी आपने देखी, हमने इस पर बहुत ज़्यादा मेहनत की है, यकीनन आपको अच्छी भी लगी होगी। इस स्टोरी में यही चीज़ आपको दिखाई गई है कि सुतेली हो या सगी हो, बेटी बेटी होती है, और बेटियाँ जो होती हैं वो खुदा की रहमत होती हैं, और बाप और बेटी का जो रिश्ता होता है वो तो एक अनोखा रिश्ता होता है, वो एक अनोखा बंधन होता है जो टूट नहीं सकता। तो माँ बाप पे एक चीज़ फ़र्ज़ है, उनका हक बनता है कि वो अपने बच्चों की तरबियत अच्छी करें, क्योंकि अगर आप अपने बच्चों की तरबियत अच्छी नहीं करेंगे तो इसका किसी और को नहीं आपको नुकसान है, आगे आपको बातें सुननी पड़ती हैं। औलाद का कोई कसूर नहीं होता, ये माँ बाप पे होता है कि वो उसको कैसी तरबियत देते हैं। जैसे कि आपने इस स्टोरी में देखा कि मुझे मेरी माँ की तरबियत थी और मेरी बहन को मेरे बाप की तरबियत थी, उन्होंने उसे लाड प्यार में बिगाड़ दिया, लेकिन मेरी माँ ने अच्छी तरबियत की, मैं सवर गई, मैंने अपना अच्छा घर बसा लिया। और जैसा कि आप लोग जानते हैं कि हमारी जो हर स्टोरी होती है वो आपकी इसलाह के लिए होती है, हम हर स्टोरी जो बनाते हैं वो माशरे की इसलाह के लिए, आप लोगों की इसलाह के लिए बनाते हैं, तो हमारी स्टोरीज़ को ज़ाया ना किया करें, कुछ ना कुछ सीखा करें कि इसमें सीखने के लिए बहुत कुछ होता है। बाकी आप लोग खुद समझदार हैं, आप लोग खुद इस चीज़ को समझते हैं, हमारा काम होता है सिर्फ आपको दिखाना, आगे समझना आपका काम होता है। तो हमारी स्टोरी से कुछ ना कुछ सीखा करें, हमारी ये स्टोरी भी बहुत ही आपके यानी कि काम आने वाली है, ये चीज़ बहुत अच्छी हमने आपको दिखाई है, ये चीज़ चल रही है जो हमने आपको दिखाई है। तो माँ बाप को ये चीज़ सोचनी चाहिए, अपने बच्चों को लाड प्यार में बिगाड़ना नहीं चाहिए। और जैसा कि आपने देखा कि लाड प्यार में क्या हुआ, आपके साथ भी ये चीज़ हो सकती है, तो आप लोग ये चीज़ दोबारा ना करिएगा। हमारी स्टोरीज़ को ज़्यादा से ज़्यादा लाइक किया करें, जितना हो सके शेयर किया करें। बाटा टीवी।